सबनों मेरा नमस्कार जी, गुड इवनिंग टू एवरीवन। मैं थोड़े सामने आज हाइपरटेंशन उत्ते टॉपिक बोलने की कोशिश कर रहे हैं जी। तो हाइपरटेंशन एक इंपॉर्टेंट डिजीज है जिदे बारे आम तौर पर लोगों को पता जरूर है, लेकिन उसकी डिटेल्स के बारे नहीं जानूंगे। सो इस टॉपिक के अंदर मैं कुछ चीज़ें कवर करूँगा। वो हाइपरटेंशन है, हाइपरटेंशन दियाँ किन्नियाँ किस्मां ने, इहदे चिन्ह ते लक्षण की ने, ते जे हाइपरटेंशन होवे तां की बीमारियां हो सकदियां ने, ते ए हाइपरटेंशन दा आपां डायग्नोसिस जां निदान कहने किदां करांगे, ते जे हाइपरटेंशन दा असीं इलाज करना है। दो तरह का इलाज है, एक तो दवाइया नाल हुंदा है, एक बिना दवाइया दे नाल किहड़े परहेज रख के आपां हाइपरटेंशन का इलाज कर सकते हैं, उहदे बारे गल करांगे। जे तुहानू कोई क्वेश्चन होण ते प्लीज़ अपने क्वेश्चन पोस्ट करने ने, ताकि मैं उन्हां दा जवाब दे सकां। असीं विच विच अपने क्वेश्चन चैक करांगे, ते प्लीज़ जिहड़े भी तुहाडी क्वेरीज होण उहनां नूं पोस्ट करो, ते वी विल बी हैप्पी टू आंसर देम। ਜਿੱਦਾਂ ਕਿ ਕਿਹਾ ਗਿਆ, ਹਾਈਪਰਟੈਂਸ਼ਨ ਅਡਲਟਸ ਦੇ ਵਿਚਕਾਰ ਆਪਾਂ ਨੂੰ ਕੀ ਕਰਨਾ ਚਾਹੀਦਾ ਤਾਂ ਕਿ ਹਾਈਪਰਟੈਂਸ਼ਨ ਨਾ ਹੋਵੇ, ਅਤੇ ਇਤਿਹਾਸ ਦੇ ਤੌਰ 'ਤੇ ਕਿਹੜੀਆਂ ਚੀਜ਼ਾਂ ਨੂੰ ਆਪਾਂ ਨੂੰ ਧਿਆਨ ਰੱਖਣਾ ਚਾਹੀਦਾ ਤਾਂ ਕਿ ਆਪਣੀ ਜੇ BP ਦਾ ਲੈਵਲ ਘੱਟ ਹੈ ਤਾਂ ਕਿਸ ਤਰੀਕੇ ਨਾਲ ਮੈਨੇਜ ਹੋ ਜੇ। ਹਾਈਪਰਟੈਂਸ਼ਨ ਬੇਸਿਕਲੀ ਵਧੇ ਹੋਏ BP ਨੂੰ ਕਹਿੰਦੇ ਹਾਂ ਆਪਾਂ, ਅਤੇ ਵਧਿਆ ਹੋਇਆ ਜਿਹੜਾ BP ਹੈ ਉਹ ਇਨਸਾਨ ਦੀ ਨਸਾਂ ਨੂੰ ਸਖਤ ਕਰ ਦਿੰਦਾ, ਅਤੇ ਉਹਦੇ ਕਰਕੇ ਕਈ ਦਿੱਕਤਾਂ ਹੁੰਦੀਆਂ ਨੇ। ਅਤੇ ਇਹ ਵਧਿਆ ਹੋਇਆ BP ਦੇਖਿਆ ਗਿਆ ਹੈ, ਜੇ ਇਨਸਾਨ ਦਾ ਬਲੱਡ ਪ੍ਰੈਸ਼ਰ ਨੋਰਮਲ ਰਹੇ, ਨੋਰਮਲ ਦੀ ਡੈਫੀਨੇਸ਼ਨ ਕੀ ਆਪਾਂ ਬਾਅਦ 'ਚ ਆਵਾਂਗੇ, ਜੇ ਇਨਸਾਨ ਦਾ ਬਲੱਡ ਪ੍ਰੈਸ਼ਰ ਨੋਰਮਲ ਰਹੇ ਤਾਂ ਉਹ ਕਾਫੀ ਲੰਬਾ ਜੀਂਦਾ ਹੈ, ਅਤੇ ਜੇ ਉਹਦਾ ਬਲੱਡ ਪ੍ਰੈਸ਼ਰ ਵੱਧ ਜਾਵੇ ਤਾਂ ਉਹਦੀ ਉਮਰ ਘਟਣੀ ਸ਼ੁਰੂ ਹੋ ਜਾਂਦੀ ਹੈ। ਇਹ ਆਪਾਂ ਤੈਅ ਕਿੱਦਾਂ ਕੀਤਾ ਵੀ ਕਿੰਨਾ ਨੋਰਮਲ ਹੈ ਜਾਂ ਕਿੰਨਾ ਐਬਨੋਰਮਲ ਹੈ, ਉਹ ਆਪਾਂ ਸਟੱਡੀਜ਼ ਕਰਦੇ ਹਾਂ, ਉਹਨੂੰ ਇੰਗਲਿਸ਼ 'ਚ ਐਪੀਡੀਮੀਓਲੋਜੀਕਲ ਸਟੱਡੀਜ਼ ਕਹਿੰਦੇ ਹਾਂ। ਵੀ ਆਪਾਂ ਕਾਫੀ ਸਾਰੀ ਪਾਪੂਲੇਸ਼ਨ ਦੇ ਉੱਤੇ ਦੇਖੀਦਾ ਵੀ ਕਿੰਨੇ BP ਰਹਿਣ 'ਤੇ ਲੋਕਾਂ ਦੀ ਮੌਤ ਜ਼ਿਆਦਾ ਹੁੰਦੀ ਹੈ, ਜਾਂ ਕਿੰਨੇ BP ਰਹਿਣ 'ਤੇ ਲੋਕ ਲੰਬਾ ਜੀਂਦੇ ਨੇ, ਉਹਦੇ ਬੇਸ 'ਤੇ ਇੱਕ ਕੱਟ ਆਫ ਤਿਆਰ ਕੀਤੀ ਜਾਂਦੀ ਹੈ ਵੀ ਇਸ BP 'ਤੇ ਰਹਿਣ 'ਤੇ ਇਨਸਾਨ ਲੰਬਾ ਜੀਏਗਾ, ਅਤੇ ਇਸ BP ਤੋਂ ਉੱਤੇ ਰਹਿਣ 'ਤੇ ਇਨਸਾਨ 'ਚ ਦਿੱਕਤਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ। ਅਤੇ ਉਹਦੇ ਬੇਸ 'ਤੇ ਡਾਕਟਰਸ ਡਿਸਾਈਡ ਕਰਦੇ ਨੇ ਵੀ ਆਪਾਂ ਹਾਈਪਰਟੈਂਸ਼ਨ ਕਿਹਨੂੰ ਕਹਿੰਦੇ ਹਾਂ। ਹਾਈਪਰਟੈਂਸ਼ਨ ਦੋ ਤਰ੍ਹਾਂ ਦੀ ਹੈ, ਇੱਕ ਹਾਈਪਰਟੈਂਸ਼ਨ ਹੈ ਜਿਹਦਾ ਕੋਈ ਕਾਰਨ ਹੈ ਨਹੀਂ, ਇਨਸਾਨ ਦਾ ਬਲੱਡ ਪ੍ਰੈਸ਼ਰ ਉੱਦਾਂ ਹੀ ਵਧੀ ਜਾ ਰਿਹਾ, ਅਤੇ ਉਹਦਾ ਕੋਈ ਖਾਸ ਸਰੀਰ ਦੇ ਕਿਸੇ ਹਿੱਸੇ ਦੀ ਬਿਮਾਰੀ ਨਾਲ ਕੋਈ ਰਿਲੇਸ਼ਨ ਨਹੀਂ ਹੈਗਾ, ਇੱਦਾਂ ਦੀ ਹਾਈਪਰਟੈਂਸ਼ਨ ਨੂੰ ਅਸੀਂ ਪ੍ਰਾਇਮਰੀ ਹਾਈਪਰਟੈਂਸ਼ਨ ਕਹਿੰਦੇ ਹਾਂ। ਦੂਜੀ ਹਾਈਪਰਟੈਂਸ਼ਨ ਇੱਦਾਂ ਦੀ ਹੈ ਜਿਹਦੇ ਅੰਦਰ ਸਾਨੂੰ ਸਰੀਰ ਦੇ ਅੰਦਰ ਕੋਈ ਬਿਮਾਰੀ ਹੈ, ਜਿਹਦੇ ਕਰਕੇ ਆਪਾਂ ਲੱਭ ਸਕਦੇ ਹਾਂ ਬਈ ਇਨਸਾਨ ਨੂੰ ਆਹ ਬਿਮਾਰੀ ਹੈਗੀ ਹੈ, ਇਹਦੇ ਕਰਕੇ ਬਲੱਡ ਪ੍ਰੈਸ਼ਰ ਵੱਧਦਾ ਪਿਆ। ਜਿੱਦਾਂ ਕਿ ਜੇ ਗੁਰਦਿਆਂ ਦਾ ਰੋਗ ਹੋਵੇ, ਆਪਾਂ ਕਿਡਨੀਜ਼ ਕਹਿ ਦਿੰਦੇ ਹਾਂ, ਕਿਡਨੀ ਡਿਜ਼ੀਜ਼ ਹੋਵੇ, ਸਾਡੇ ਇੰਡੀਆ 'ਚ ਹਾਈਪਰਟੈਂਸ਼ਨ ਲਗਾਤਾਰ ਵਧਦੀ ਜਾ ਰਹੀ ਹੈ। ਉਹਦੇ ਕਈ ਕਾਰਨ ਨੇ, ਆਪਾਂ ਉਹਦੇ ਕਾਰਨ ਦੀ ਚਰਚਾ ਕਰਾਂਗੇ, ਬਟ ਜੇ ਦੇਖਿਆ ਜਾਵੇ ਵੀ ਸਾਡੇ ਦੇਸ਼ ਦੇ ਅੰਦਰ ਵੈਸਟਰਨ ਪਾਪੂਲੇਸ਼ਨ, ਜਿਹੜੇ ਯੂਰਪ, ਕੈਨੇਡਾ, ਅਮੈਰੀਕਾ, ਇਹਨਾਂ ਦੇਸ਼ਾਂ 'ਚ ਜਿੰਨੀ BP ਦੀ ਪ੍ਰੋਬਲਮ ਸੀ, ਆਪਣੀ ਉਨੀ ਹੈ ਨਹੀਂ ਸੀ, ਬਟ ਹੌਲੀ ਹੌਲੀ ਆਪਣੀ ਪ੍ਰੋਬਲਮਸ ਵਧਦੀਆਂ ਜਾ ਰਹੀਆਂ ਨੇ। ਅਤੇ ਸਾਡੇ ਸ਼ਹਿਰੀ ਏਰੀਆ 'ਚ 33-40% ਲੋਕਾਂ ਨੂੰ BP ਵਧਣ ਦੀ ਸ਼ਿਕਾਇਤ ਹੈਗੀ ਹੈ, ਅਤੇ ਪਿੰਡਾਂ 'ਚ ਥੋੜ੍ਹੀਆਂ ਘੱਟ ਨੇ, ਉਹ ਬਚੇ ਹੋਏ ਨੇ, ਉਹਦੇ ਕੋਈ ਕਾਰਨ ਨੇ। ਅਤੇ ਬੰਦਿਆਂ 'ਚ ਇਹ BP ਦੀ ਪ੍ਰੋਬਲਮ ਜ਼ਿਆਦਾ ਹੁੰਦੀ ਹੈ, ਅਤੇ ਵਿਮੈਨ ਬੀਬੀਆਂ 'ਚ ਇਹਨਾਂ ਨੂੰ ਦਿੱਕਤ ਥੋੜ੍ਹੀ ਘੱਟ ਹੁੰਦੀ ਹੈ। ਅਤੇ ਜਿਹੜੇ ਵੀ ਬੰਦੇ 25 ਸਾਲ ਦੇ ਨੇ ਉਹ ਤੋਂ ਉੱਤੇ ਨੇ, ਉਹਨਾਂ ਦੇ ਵਿਚਕਾਰ ਜਿੱਦਾਂ ਤੁਸੀਂ ਦੇਖ ਰਹੇ ਹੋ 33-40% ਲੋਕਾਂ ਨੂੰ BP ਦੀ ਦਿੱਕਤ ਆ ਰਹੀ ਹੈ। ਅਤੇ ਜੇ ਆਮ ਤੌਰ 'ਤੇ ਦੁਨੀਆਂ ਦੀ ਐਵਰੇਜ ਦੇਖੀ ਜਾਵੇ, ਆਪਾਂ ਇਹ ਦੁਨੀਆਂ ਦੀ ਐਵਰੇਜ ਤੋਂ ਘੱਟ ਹਾਂ, ਬਟ ਆਪਾਂ ਜ਼ਿਆਦਾ ਦੂਰ ਹੈ ਨਹੀਂ ਜਦੋਂ ਸਾਡੀ BP ਦੀ ਪ੍ਰੋਬਲਮ ਸਾਡੇ ਦੇਸ਼ 'ਚ ਵੈਸਟਰਨ ਪਾਪੂਲੇਸ਼ਨ ਦੇ ਜਾਂ ਗਲੋਬਲ ਐਵਰੇਜ ਦੇ ਬਰਾਬਰ ਆ ਜਾਏਗੀ। ਆਮ ਤੌਰ 'ਤੇ ਇਹ ਧਾਰਨਾ ਹੈ ਵੀ BP ਉਹਨੂੰ ਹੀ ਹੁੰਦਾ ਜਿਹਨੂੰ ਸਿਰ ਦਰਦ ਹੈਗੀ ਹੈ। ਸਿਰ ਦਰਦ ਅਤੇ BP ਦਾ ਰਿਲੇਸ਼ਨ ਜ਼ਿਆਦਾ ਹੈ ਨਹੀਂ। ਜਿਹਦਾ BP ਵਧਿਆ ਹੋਊਗਾ ਜ਼ਰੂਰੀ ਨਹੀਂ ਹੈ ਉਹਨੂੰ ਸਿਰ ਦਰਦ ਹੋਵੇ, ਅਤੇ ਜ਼ਰੂਰੀ ਨਹੀਂ ਹੈ ਜਿਹਦਾ ਸਿਰ ਦਰਦ ਹੋਵੇ ਉਹਦੀ BP ਦਿੱਕਤ ਹੈ। ਆਮ ਤੌਰ 'ਤੇ BP ਦੀ ਕੋਈ ਦਿੱਕਤ ਹੀ ਨਹੀਂ ਆਉਂਦੀ ਹੈਗੀ, ਇਸੇ ਕਰਕੇ ਲੋਕ ਆਪਣਾ BP ਚੈੱਕ ਨਹੀਂ ਕਰਾਉਂਦੇ। ਜਦੋਂ ਗੱਲ ਜ਼ਿਆਦਾ ਵੱਧ ਜਾਂਦੀ ਹੈ ਤਾਂ ਫਿਰ ਮਾਈਲਡ ਸਿਮਟਮਸ ਮਤਲਬ ਆਉਣੇ ਸ਼ੁਰੂ ਹੁੰਦੇ ਨੇ, ਜਿੱਦਾਂ ਡਿਜ਼ੀਨੈਸ ਹੈ, ਮਾੜਾ ਚੱਕਰ ਆਉਂਦਾ ਜੀ, ਅੱਖਾਂ ਦੇ ਅੱਗੇ ਹਨੇਰਾ ਛਾ ਰਿਹਾ ਜਾਂ ਬੰਦੇ ਦੋ ਦਿਖਦੇ ਪਏ ਨੇ,
ਥੋੜਾ ਦਿਲ ਕੱਚਾ ਹੋ ਰਿਹਾ ਹੈ, ਉਲਟੀ ਆ ਰਹੀ ਹੈ, ਜਾਂ ਫਿਰ ਸਿਰ ਦਰਦ ਹੋ ਰਿਹਾ ਹੈ, ਜਾਂ ਉਨੀਂਦਰਾ ਲੱਗਦਾ ਹੈਗਾ, ਹੈ ਨਾ, ਜਾਂ ਨੱਕ 'ਚੋਂ ਖੂਨ ਵਗਦਾ ਹੈਗਾ, ਨਕਸੀਰ ਫੁੱਟ ਗਈ, ਹੈ ਨਾ, ਜਾਂ ਚਿਹਰਾ ਲਾਲ ਹੋ ਗਿਆ, ਜਾਂ ਸਾਹ ਚੜ੍ਹਦਾ ਹੈਗਾ, ਇਹ ਬਿਮਾਰੀਆਂ ਜਿਹੜੀਆਂ ਨੇ ਜਾਂ ਇਹ ਸਿੰਪਟਮਸ ਜਿਹੜੇ ਨੇ, ਲੱਛਣ ਜਿਹੜੇ ਨੇ, ਇਹ ਬਹੁਤ ਹੀ ਮਾਈਲਡ ਹੁੰਦੇ ਨੇ ਉਹਨਾਂ ਲੋਕਾਂ 'ਚ ਜਿਨ੍ਹਾਂ 'ਚ ਹਾਈਪਰਟੈਂਸ਼ਨ ਥੋੜ੍ਹੀ ਜ਼ਿਆਦਾ ਦੇਰ ਰਹਿ ਗਈ ਹੋਵੇ। ਤੇ ਇਸ ਕਰਕੇ ਆਪਾਂ ਇਹ ਸੋਚੀਏ ਵੀ ਜਦ ਤੱਕ ਕੋਈ ਦਿੱਕਤ ਨਹੀਂ ਆਉਂਦੀ ਤਦ ਤੱਕ ਬੀਪੀ ਚੈੱਕ ਨਹੀਂ ਕਰਾਉਣਾ, ਉਹ ਗਲਤ ਹੈ। ਸਾਡੇ ਦੇਸ਼ 'ਚ ਕੁਛ ਇੱਦਾਂ ਦੀ ਪ੍ਰਥਾ ਹੈ ਨਹੀਂ ਵੀ ਹਰ ਘਰ ਜਾ ਕੇ ਹਰ ਕਿਸੇ ਦਾ ਬੀਪੀ ਚੈੱਕ ਕੀਤਾ ਜਾਵੇ, ਤਾਂ ਜਾਂ ਹਰ ਮਰੀਜ਼ ਜਿਹੜਾ ਹੈਗਾ, ਹਰ ਨਾਗਰਿਕ ਜਿਹੜਾ ਹੈਗਾ, ਉਹ ਡਾਕਟਰਾਂ ਕੋਲ ਜਾ ਕੇ ਆਪਣਾ ਬੀਪੀ ਚੈੱਕ ਕਰਾਉਂਦਾ ਹੋਵੇ। ਇਸ ਕਰਕੇ ਜਿਹੜੇ ਵੀ ਬੀਪੀ ਚੈੱਕ ਕਰਾਉਣਾ ਕੋਈ ਬਹੁਤ ਵੱਡੀ ਗੱਲ ਹੈ ਨਹੀਂ, ਤੇ ਹਰ ਕਿਸੇ ਨੂੰ ਆਪਣਾ ਬੀਪੀ ਚੈੱਕ ਕਰਾਉਣਾ ਚਾਹੀਦਾ, ਕਿਉਂਕਿ ਜੇ ਬੀਪੀ ਵੱਧਦਾ ਪਿਆ ਤੇ ਇਹਦਾ ਇਲਾਜ ਹੈਗਾ, ਤੇ ਬੀਪੀ ਠੀਕ ਕਰਨ ਦੇ ਨਾਲ ਉਮਰ ਲੰਬੀ ਹੁੰਦੀ ਹੈ ਤੇ ਕਈ ਵੱਡੀ ਦਿੱਕਤਾਂ ਤੋਂ ਰੋਕਥਾਮ ਹੋ ਸਕਦੀ ਹੈ। ਇਹ ਇੱਕ ਸਟੱਡੀ ਹੈਗੀ ਸੀ ਜੀ, ਲੈਂਸਟ, ਸਾਡੀ ਬੜੀ ਤਗੜੀ ਪਬਲੀਕੇਸ਼ਨ ਹੈਗੀ ਹੈ, ਉਹਦੀ ਇੱਕ ਸਟੱਡੀ ਸੀ, ਉਹਦੇ ਵਿਚਕਾਰ ਇਹਨਾਂ ਨੇ ਦੱਸਿਆ ਵੀ ਹਾਈ ਬਲੱਡ ਪ੍ਰੈਸ਼ਰ ਜਿਹੜਾ ਹੈਗਾ ਉਹ ਸਭ ਤੋਂ ਜ਼ਿਆਦਾ ਲੋਕਾਂ ਨੂੰ ਮਾਰਦਾ ਪਿਆ। ਜੇ ਆਪਾਂ ਇਹ ਚੀਜ਼ਾਂ ਦੇਖੀ ਜਾਈਏ ਵੀ ਕਿਹੜੇ ਰਿਸਕ ਫੈਕਟਰਸ ਨੇ, ਵੀ ਹਾਂ ਕੋਈ ਬੰਦਾ ਫਰੂਟਸ ਘੱਟ ਖਾਂਦਾ ਹੈਗਾ, ਕੋਈ ਸ਼ਰਾਬ ਪੀਂਦਾ ਹੈਗਾ, ਜਾਂ ਕੋਈ ਘਰ 'ਚ ਪੋਲਿਊਸ਼ਨ ਹੈਗੀ ਹੈ, ਜਾਂ ਕੋਈ ਸਮੋਕਿੰਗ ਕਰਦਾ, ਇਹ ਸਾਰਿਆਂ ਦੇ ਬਦਲੇ ਅਗਰ ਦੇਖਿਆ ਜਾਵੇ ਹਾਈ ਬਲੱਡ ਪ੍ਰੈਸ਼ਰ ਜਿਹੜਾ ਹੈਗਾ, ਬੀਪੀ ਵਧਿਆ ਹੋਇਆ, ਇਹ ਸਭ ਤੋਂ ਜ਼ਿਆਦਾ ਮੌਤਾਂ ਦਾ ਕਾਰਨ ਹੈ ਦੁਨੀਆ 'ਚ। ਤੇ ਇਸ ਕਰਕੇ ਆਪਾਂ ਨੂੰ ਲੱਗਦਾ ਹੈ ਵੀ ਹਾਂਜੀ ਬੀਪੀ ਜਿਹੜਾ ਹੈਗਾ ਉਹ ਛੋਟੀ ਜਿਹੀ ਬਿਮਾਰੀ ਹੈ ਤੇ ਇਹਦਾ ਇਲਾਜ ਜਲਦੀ ਹੋ ਸਕਦਾ, ਤੇ ਇਸ ਕਰਕੇ ਆਪਾਂ ਵੇਟ ਕਰ ਸਕਦੇ ਹਾਂ, ਉਦਾਂ ਸੋਚਣ ਵਾਲੀ ਗੱਲ ਨਹੀਂ, ਕਿਉਂਕਿ ਜਦੋਂ ਬੀਪੀ ਵਧਣਾ ਸ਼ੁਰੂ ਹੋ ਗਿਆ ਇੱਕ ਵਾਰੀ ਤੇ ਫਿਰ ਉਹਨੇ ਹੌਲੀ ਹੌਲੀ ਚੀਜ਼ਾਂ ਨੂੰ ਡੈਮੇਜ ਕਰੀ ਜਾਣਾ, ਤੇ ਉਹ ਕਿਹਨੂੰ ਡੈਮੇਜ ਕਰਦਾ ਉਹ ਬਾਅਦ 'ਚ ਆਵਾਂਗੇ। ਬਟ ਇਨਸਾਨ ਨੂੰ ਹਰ ਬੰਦਾ ਜਿਹੜਾ 25 ਸਾਲ ਤੋਂ ਉੱਤੇ ਹੈ ਉਹਨੂੰ ਇੱਕ ਵਾਰੀ ਆਪਣਾ ਬੀਪੀ ਚੈੱਕ ਕਰਵਾਉਣਾ ਚਾਹੀਦਾ ਹੈ ਤੇ ਹਰ ਸਾਲ ਦੇ ਮਗਰੋਂ ਬੀਪੀ ਚੈੱਕ ਕਰਵਾਉਣਾ ਚਾਹੀਦਾ ਹੈ ਤਾਂ ਕਿ ਆਪਣਾ ਬੀਪੀ ਜਿਹੜਾ ਹੈਗਾ ਉਹ ਕੰਟਰੋਲ ਦੇ ਅੰਦਰ ਰਹੇ। ਹੁਣ ਇਹਦੇ ਕਰਕੇ ਹਿਰਦੇ ਦੇ ਰੋਗ ਹੁੰਦੇ ਨੇ, ਕਾਰਡੀਓਵਾਸਕੁਲਰ ਰਿਸਕ ਕਹਿੰਦੇ ਆਪਾਂ ਇੰਗਲਿਸ਼, ਕਾਰਡੀਓ 'ਚ ਮਤਲਬ ਕਿ ਹਾਰਟ ਹੋ ਗਿਆ, ਵਾਸਕੁਲਰ ਜਿਹੜੀਆਂ ਖੂਨ ਦੀਆਂ ਨਾੜੀਆਂ, ਇਹਨਾਂ ਦਾ ਜਿਹੜਾ ਰਿਸਕ ਵੱਧਦਾ ਹੈ ਉਹ ਬਲੱਡ ਪ੍ਰੈਸ਼ਰ ਹਾਈ ਹੋਣ ਕਰਕੇ ਵੱਧਦਾ ਹੈ। ਤੇ ਜੇ ਦੇਖੇ ਜਾਣ ਤਾਂ ਜਿੰਨੇ ਹਾਰਟ ਅਟੈਕ ਹੁੰਦੇ ਨੇ ਤੇ ਜਾਂ ਸਟਰੋਕ ਹੁੰਦੇ ਨੇ, ਅਧਰੰਗ ਹੁੰਦਾ ਹੈਗਾ, ਇਹਨਾਂ 'ਚੋਂ ਅੱਧੇ ਹਾਰਟ ਅਟੈਕ ਤੇ ਅੱਧੇ ਸਟਰੋਕ ਜਿਹੜੇ ਨੇ ਉਹ ਬੀਪੀ ਵਧਣ ਕਰਕੇ ਹੁੰਦੇ ਨੇ। ਤੇ ਇਸ ਕਰਕੇ ਬੀਪੀ ਜਿਹੜਾ ਵਧਣਾ ਲੰਬੇ ਸਮੇਂ 'ਚ ਘਾਤਕ ਹੈਗਾ ਤੇ ਇਹ ਆਮ ਮਤਲਬ ਕਿ ਹਰ ਕਿਸੇ ਨੇ ਜਿੰਨਾ ਜੀਣਾ, ਮੰਨ ਲਓ ਜੇ 70 ਸਾਲ ਜੀਣਾ ਹੈਗਾ ਤੇ ਜੇ ਬੀਪੀ ਵੱਧ ਗਿਆ ਉਹਦੀ ਉਮਰ ਘਟਣੀ ਸ਼ੁਰੂ ਹੋ ਜਾਂਦੀ ਹੈ ਬੀਪੀ ਵਧਣ ਨਾਲ, ਤੇ ਜੇ ਬੰਦੇ ਨੇ ਆਪਣਾ ਬੀਪੀ ਕੰਟਰੋਲ ਕੀਤਾ ਹੋ ਜਾਏ ਤੇ ਉਮਰ ਲੰਬੀ ਰਹਿੰਦੀ ਹੈ ਤੇ ਇਹਨਾਂ ਬਿਮਾਰੀਆਂ ਤੋਂ ਦੇਰ ਤੱਕ ਛੁਟਕਾਰਾ ਪਾਇਆ ਜਾ ਸਕਦਾ ਹੈ। ਹੁਣ ਹਾਰਟ ਫੇਲੀਅਰ ਹੈ, ਜਿਹਨਾਂ ਨੂੰ ਹਾਰਟ ਫੇਲ ਹੋਇਆ ਉਹਨਾਂ ਦੇ 50% ਲੋਕਾਂ ਨੂੰ ਬੀਪੀ ਵਧਿਆ ਹੋਏਗਾ, ਜਿਹਨਾਂ ਨੂੰ ਹਾਰਟ ਅਟੈਕ ਹੋਇਆ 25% ਲੋਕਾਂ ਦਾ ਬੀਪੀ ਵਧਿਆ ਹੁੰਦਾ ਹੈ, ਜਿਹਨਾਂ ਦੀ ਕਿਡਨੀ ਫੇਲ ਹੁੰਦੀ ਹੈ 20% ਲੋਕਾਂ ਦਾ ਬੀਪੀ ਵਧਿਆ ਹੁੰਦਾ ਹੈ। ਇਸ ਤਰੀਕਾ ਦੇਖਿਆ ਜਾਵੇ ਜਿੰਨੀਆਂ ਵੱਡੀਆਂ ਬਿਮਾਰੀਆਂ ਆਪਾਂ ਜਿਹਨਾਂ ਤੋਂ ਡਰਦੇ ਹਾਂ ਉਹਨਾਂ 'ਚ ਮੇਨ ਕਾਰਨ ਜਿਹੜਾ ਹੈ ਉਹ ਬੀਪੀ ਹੈ। ਤੇ ਇਸ ਕਰਕੇ ਬੀਪੀ ਆਪਣਾ ਕੰਟਰੋਲ ਕਰਨਾ, ਬਲੱਡ ਪ੍ਰੈਸ਼ਰ ਕੰਟਰੋਲ ਕਰਨਾ ਬਹੁਤ ਹੀ ਜ਼ਰੂਰੀ ਹੈ। ਹੁਣ ਜਿਹੜੇ ਆਮ ਤੌਰ ਤੇ ਅਸੀਂ ਸਾਡੀ ਕੀ ਹਰਕਤਾਂ ਨੇ ਜਾਂ ਸਾਡੇ ਕੀ ਆਦਤਾਂ ਨੇ ਜਿਹਦੇ ਕਰਕੇ ਬੀਪੀ ਵੱਧਦਾ ਹੈ, ਕੁਛ ਆਦਤਾਂ ਆਪਾਂ ਸੁਧਾਰ ਸਕਦੇ ਹਾਂ, ਕੁਛ ਆਦਤਾਂ ਆਪਾਂ ਨਹੀਂ ਸੁਧਾਰ ਸਕਦੇ। ਤੇ ਇਧਰਲੇ ਪਾਸੇ ਖੱਬੇ ਪਾਸੇ ਦੀ ਤੁਸੀਂ ਸਲਾਈਡਸ ਦੇਖੋ, ਇਹਦੇ ਵਿਚਕਾਰ ਆਪਾਂ ਨੇ ਕਿਹਾ ਹੈਗਾ ਵੀ ਕਿਹੜੀਆਂ ਆਦਤਾਂ ਸੁਧਾਰਨ ਦੇ ਨਾਲ ਬੀਪੀ ਘੱਟ ਜੂਗਾ। ਉਹ ਹੈਗਾ ਜੇ ਆਪਾਂ ਸਿਗਰਟ ਪੀਂਦੇ ਹਾਂ ਜਾਂ ਸਾਡੇ ਘਰ 'ਚ ਕੋਈ ਸਿਗਰਟ ਪੀਂਦਾ ਹੈ ਉਹਦੇ ਕਰਕੇ ਜਿਹੜਾ ਬੀਪੀ ਵੱਧਦਾ ਪਿਆ ਹੈ, ਜੇ ਆਪਾਂ ਉਹ ਸਮੋਕਿੰਗ ਨੂੰ ਕੰਟਰੋਲ ਕਰ ਸਕੀਏ ਤਾਂ ਸਾਡਾ ਬੀਪੀ ਘੱਟ ਜਾਏਗਾ। ਇੱਦਾਂ ਹੀ ਸ਼ੂਗਰ ਦੀ ਬਿਮਾਰੀ, ਜੇ ਆਪਾਂ ਸ਼ੂਗਰ ਦੀ ਬਿਮਾਰੀ ਕੰਟਰੋਲ ਰੱਖਾਂਗੇ ਤਾਂ ਸਾਡਾ ਬੀਪੀ ਠੀਕ ਰਹੇਗਾ। ਕੋਲੈਸਟਰੋਲ ਹੈਗਾ, ਜੇ ਆਪਣੇ ਖੂਨ ਦੇ ਅੰਦਰ ਕੋਲੈਸਟਰੋਲ ਦੀ ਮਾਤਰਾ ਵੱਧਦੀ ਪਈ ਹੈ ਤੇ ਆਪਣਾ ਡਾਇਟ ਇਨਟੇਕ ਠੀਕ ਨਹੀਂ ਹੈਗੀ ਤੇ ਆਪਾਂ ਉਹਨੂੰ ਠੀਕ ਕਰ ਲਈਏ ਤਾਂ ਸਾਡਾ ਬੀਪੀ ਫੇਰ ਘੱਟ ਜਾਏਗਾ। ਇੱਦਾਂ ਹੀ ਮੋਟਾਪਾ, ਮੋਟਾਪੇ ਕਰਕੇ ਬੀਪੀ ਵੱਧਦਾ ਹੈ ਤੇ ਜੇ ਆਪਾਂ ਮੋਟਾਪਾ ਆਪਣਾ ਭਾਰ ਘਟਾਉਣਾ ਸ਼ੁਰੂ ਕਰ ਦਈਏ ਤੇ ਉਹਦੇ ਨਾਲ ਸਾਡਾ ਬੀਪੀ ਘੱਟ ਜਾਏਗਾ। ਜੇ ਆਪਾਂ ਬਿਲਕੁਲ ਸੁਸਤ ਹੈਗੇ ਹਾਂ, ਕੋਈ ਫਿਜ਼ੀਕਲ ਐਕਟੀਵਿਟੀ ਨਹੀਂ ਕਰਦੇ, ਕੋਈ ਵਾਕ ਨਹੀਂ ਕਰਦੇ, ਕੋਈ ਰਨਿੰਗ ਨਹੀਂ ਕਰਦੇ, ਕੋਈ ਖੇਡਾਂ ਨਹੀਂ ਖੇਡਦੇ, ਸਾਡਾ ਬੀਪੀ ਵੱਧਦਾ ਹੈ। ਜੇ ਆਪਾਂ ਖੇਡਾਂ ਖੇਡਦੇ ਹਾਂ ਤੇ ਰੱਬ ਨੇ ਸਾਡੇ ਖੂਨ ਦੀ ਚੱਲਣ ਨੂੰ ਵਧਾ ਦਿੰਦਾ ਹੈਗਾ ਤੇ ਉਹਦੇ ਕਰਕੇ ਸਾਡਾ ਬੀਪੀ ਠੀਕ ਰਹਿਣਾ ਸ਼ੁਰੂ ਹੋ ਜਾਂਦਾ ਹੈ। ਅਨਹੈਲਦੀ ਡਾਇਟ, ਆਪਣੇ ਇੰਡੀਆ ਸਭ ਤੋਂ ਵੱਡੀ ਪ੍ਰੋਬਲਮ ਅਨਹੈਲਦੀ ਡਾਇਟ ਦੀ ਹੈ। ਉਹਦਾ ਕਾਰਨ ਇਹ ਹੈ ਵੀ ਇੰਡੀਅਨਸ ਜਿਹੜੇ ਨੇ ਉਹ ਸਨੈਕਸ ਬਹੁਤ ਖਾਂਦੇ ਨੇ ਤੇ ਸਨੈਕਸ ਦੇ ਅੰਦਰ ਤੁਸੀਂ ਐਡ ਦੇਖੀ ਹੋਊਗੀ, ਹੁਣ ਚਿਪਸ ਦੀ ਐਡ ਆਉਂਦੀ ਹੈ, ਜਿਹਦੀ ਵੀ ਐਡ ਆਉਂਦੀ ਹੈ ਉਹਦੇ ਅੰਦਰ ਉਹ ਦਿਖਾਉਂਦੇ ਨੇ ਵੀ ਨੋ ਵਨ ਕੈਨ ਈਟ ਵਨ, ਜਾਂ ਕਹਿੰਦੇ ਨੇ ਜੀ ਹਾਂਜੀ ਤੁਸੀਂ ਇੱਕ ਖਾਧਾ ਤੇ ਬਾਰ ਬਾਰ ਰਿਪੀਟ ਕਰਦੇ ਰਹੋਗੇ, ਕੁਰਕਰੇ ਦੀ ਐਡ ਦੇਖ ਲਓ, ਜਿਹਦੀ ਮਰਜ਼ੀ ਐਡ ਦੇਖ ਲਓ। ਇਹ ਜਿਹੜੀਆਂ ਐਡਸ ਨੇ ਇਹ ਆ ਰਹੀਆਂ ਨੇ ਚਿਪਸ ਕੁਰਕਰੇ ਦੀਆਂ, ਇਹਦੇ ਵਿਚਕਾਰ ਨਮਕ ਦੀ ਮਾਤਰਾ ਬਹੁਤ ਜ਼ਿਆਦਾ ਹੈ ਤੇ ਇੰਡੀਅਨ ਜਿਹੜੀ ਸਨੈਕਿੰਗ ਹੈ, ਪਕੌੜੇ ਹੈ, ਸਮੋਸੇ ਹੈ, ਅਚਾਰ ਹੈ ਜਿਹੜਾ ਆਪਾਂ ਰੋਟੀ ਨਾਲ ਜ਼ਰੂਰ ਖਾਂਦੇ ਹਾਂ, ਇਹ ਸਾਰੀ ਚੀਜ਼ਾਂ 'ਚ ਨਮਕ ਜ਼ਿਆਦਾ ਹੈ।
ਇਹ ਸਭ ਤੋਂ ਵੱਡਾ ਰਿਸਕ ਫੈਕਟਰ ਬੀਪੀ ਦਾ ਨਮਕ ਮੰਨਿਆ ਗਿਆ। ਜੇ ਆਪਾਂ ਨਮਕ ਦਾ ਇਨਟੇਕ ਵਧਾਉਂਦੇ ਹਾਂ ਤੇ ਉਹ ਬੀਪੀ ਵਧਾਉਂਦਾ ਹੈ। ਉਹਦਾ ਕਾਰਨ ਇਹ ਹੈ, ਨਮਕ ਜਿਹੜਾ ਹੈ ਉਹ ਸਾਡੀਆਂ ਕਿਡਨੀਆਂ ਵਾਪਸ ਖੂਨ ਚ ਖਿੱਚ ਲੈਂਦੀਆਂ ਤੇ ਜਿੰਨਾ ਕਿਡਨੀ ਖੂਨ ਚ ਨਮਕ ਜ਼ਿਆਦਾ ਹੋਏਗਾ ਉਨਾ ਉਹਦੀ ਕੰਸਨਟ੍ਰੇਸ਼ਨ ਖੂਨ ਦੀ ਬਰਾਬਰ ਰੱਖਣ ਵਾਸਤੇ ਨਾੜੀਆਂ ਚ ਖੂਨ ਜ਼ਿਆਦਾ ਵਗੇਗਾ ਤੇ ਉਹਦੇ ਕਰਕੇ ਲੋਡ ਪੈਂਦਾ ਬਲੱਡ ਵੈਸਲਸ ਤੇ ਸਾਡੀ ਨਾੜੀਆਂ ਤੇ ਬਲੱਡ ਪ੍ਰੈਸ਼ਰ ਵੱਧ ਜਾਂਦਾ। ਤੇ ਇਸੇ ਕਰਕੇ ਹੈਲਦੀ ਡਾਇਟ ਜਿਹੜੀ ਹੈਗੀ ਹੈ ਬਹੁਤ ਇੰਪੋਰਟੈਂਟ ਹੈ। ਆਪਾਂ ਹੈਲਦੀ ਡਾਇਟ ਤੇ ਕਾਫੀ ਡਿਸਕਸ਼ਨ ਕਰ ਸਕਦੇ ਹਾਂ ਤੇ ਹੈਲਦੀ ਡਾਇਟਸ ਵਾਸਤੇ ਅਸੀਂ ਮਤਲਬ ਰੈਗੂਲਰਲੀ ਆਪਣੇ ਹਸਪੀਟਲ ਤੋਂ ਮੈਸੇਜ ਭੇਜਦੇ ਹਾਂ ਤੇ ਤੁਸੀਂ ਪਲੀਜ਼ ਉਹਨਾਂ ਨੂੰ ਪੜ੍ਹੋ ਤੇ ਦੇਖੋ ਵੀ ਹੈਲਦੀ ਡਾਇਟ ਵਾਸਤੇ ਆਪਾਂ ਨੂੰ ਕੀ ਕਰਨਾ ਚਾਹੀਦਾ। ਉਹਦੇ ਪਾਸੇ ਕੁਝ ਐਸੀ ਚੀਜ਼ਾਂ ਨੇ ਜਿਨ੍ਹਾਂ ਨੂੰ ਆਪਾਂ ਮੋਡੀਫਾਈ ਨਹੀਂ ਕਰ ਸਕਦੇ, ਰੱਬ ਨੂੰ ਸਾਨੂੰ ਦੇਤੀਆਂ ਤੇ ਸਾਨੂੰ ਉਹਦੇ ਨਾਲ ਜੀਣਾ ਪੈਂਦਾ। ਬਟ ਜੇ ਆਪਾਂ ਜਿਹੜੇ ਚੀਜ਼ਾਂ ਆਪਾਂ ਮੋਡੀਫਾਈ ਕਰ ਸਕਦੇ, ਜੇ ਆਪਾਂ ਮੋਡੀਫਾਈ ਕਰਕੇ ਰੱਖੀਏ ਤੇ ਸਾਡਾ ਕਾਫੀ ਦੇਰ ਤੱਕ ਬੀਪੀ ਦੇ ਬਿਮਾਰੀ ਨਹੀਂ ਆਉਂਦੀ ਹੈਗੀ। ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਆਪਾਂ ਚੇਂਜ ਨਹੀਂ ਕਰ ਸਕਦੇ? ਜੇ ਕਿਸੇ ਨੂੰ ਗੁਰਦੇ ਦੀ ਬਿਮਾਰੀ ਹੈਗੀ ਹੈ, ਹੈ ਨਾ, ਤੇ ਜੇ ਗੁਰਦੇ ਦੀ ਬਿਮਾਰੀ ਹੈਗੀ ਹੈ ਤਾਂ ਬੀਪੀ ਵਧੂਗਾ, ਉਹਦਾ ਆਪਾਂ ਕੁਛ ਨਹੀਂ ਕਰ ਸਕਦੇ, ਗੁਰਦੇ ਦਾ ਇਲਾਜ ਕਰਾ ਸਕਦੇ ਹਾਂ। ਬਟ ਬੀਪੀ ਜਿਹੜਾ ਉਹਦੇ ਨਾਲ ਵਧਿਆ ਉਹਨੂੰ ਆਪਾਂ ਗੁਰਦੇ ਨੂੰ ਠੀਕ ਕਰਕੇ ਹੀ ਠੀਕ ਕਰ ਸਕਦੇ, ਉਹਦਾ ਠੀਕ ਨਹੀਂ ਹੁੰਦਾ। ਇੱਦਾਂ ਹੀ ਜੇ ਦੋਨੋਂ ਮਾਂ ਪਿਓ ਨੂੰ ਆਪਣੇ ਬੀਪੀ ਦੀ ਬਿਮਾਰੀ ਹੈ ਤਾਂ ਫਿਰ ਇਨਸਾਨ ਨੂੰ ਵੀ ਬੀਪੀ ਦੀ ਬਿਮਾਰੀ ਹੋ ਜਾਏਗੀ, ਬੱਚਿਆਂ ਨੂੰ ਵੀ। ਜਿਨ੍ਹਾਂ ਦੀ ਉਮਰ ਵੱਧਦੀ ਪਈ ਹੈ ਉਹਨਾਂ ਨੂੰ ਬੀਪੀ ਵਧਣਾ ਹੀ ਵਧਣਾ ਹੈ। ਜਿਨ੍ਹਾਂ ਦਾ ਸੋਸ਼ੋ ਇਕਨੋਮਿਕ ਸਟੇਟਸ ਲੋ ਹੈ ਕਿਉਂਕਿ ਉਹ ਫਿਰ ਸਾਲਟ ਬੇਸ ਡਾਇਟ ਜ਼ਿਆਦਾ ਖਾਂਦੇ ਨੇ, ਉਹਨਾਂ ਕਰਕੇ ਦੇਖਿਆ ਗਿਆ ਆਮ ਤੌਰ ਤੇ ਸਟੱਡੀਜ਼ ਵੀ, ਜਿਹੜੇ ਗਰੀਬ ਲੋਕ ਨੇ ਉਹਨਾਂ 'ਚ ਬੀਪੀ ਜ਼ਿਆਦਾ ਵੱਧਦਾ ਹੈ। ਜਿਹੜੇ ਪੁਰਸ਼ ਨੇ ਉਹਨਾਂ 'ਚ ਬੀਪੀ ਦੀ ਪ੍ਰੋਬਲਮ ਜ਼ਿਆਦਾ ਹੁੰਦੀ ਹੈ। ਜਿਹੜੇ ਬੰਦੇ ਮੋਟੇ ਨੇ ਜਿਹਨਾਂ ਨੂੰ ਰਾਤ ਨੂੰ ਖਰਾਟੇ ਜ਼ਿਆਦਾ ਆਉਂਦੇ ਹੈ, ਜੇ ਉਹਨਾਂ ਦੀ ਨੀਂਦ ਨਾ ਪੂਰੀ ਹੁੰਦੀ ਹੋਵੇ, ਉਹਨੂੰ ਸਪੈਸ਼ਲੀ ਡਿਜ਼ੀਜ਼ ਕਹਿੰਦੇ ਹਾਂ ਆਪਾਂ, ਓਬਸਟ੍ਰਕਟਿਵ ਸਲੀਪ ਐਪਨੀਆ, ਉਹਦੇ ਕਰਕੇ ਵੀ ਲੋਕਾਂ ਨੂੰ ਬੀਪੀ ਦੀ ਦਿੱਕਤ ਹੁੰਦੀ ਹੈ। ਤੇ ਫਿਰ ਉਹ ਤੋਂ ਬਾਅਦ ਜੇ ਆਪਾਂ ਨੂੰ ਸਟ੍ਰੈਸ ਰਹਿੰਦਾ ਹੋਵੇ ਸੋਸਾਇਟੀ ਦੇ ਕਰਕੇ ਜਾਂ ਸਾਡੇ ਕੰਮ ਕਾਰ ਕਰਕੇ, ਤੇ ਉਹਦੇ ਕਰਕੇ ਵੀ ਬੀਪੀ ਵੱਧ ਸਕਦਾ। ਇਹਨਾਂ 'ਚੋਂ ਕੁਝ ਚੀਜ਼ਾਂ ਆਪਾਂ ਮੋਡੀਫਾਈ ਕਰ ਸਕਦੇ ਹਾਂ, ਬਈ ਉਹਨਾਂ ਵੀ ਹੈ ਨਹੀਂ ਜਿਹੜਾ ਸਟ੍ਰੈਸ ਆਪਾਂ ਘਟਾ ਸਕਦੇ ਹਾਂ, ਬਟ ਆਪਾਂ ਇਹਨਾਂ ਨੂੰ ਫਿਰ ਵੀ ਰਿਲੇਟਿਵਲੀ ਫਿਕਸ ਡਿਸ ਕਰਕੇ ਕਹਿੰਦੇ ਹਾਂ ਕਿਉਂਕਿ ਆਮ ਤੌਰ ਤੇ ਬੰਦਾ ਜੋਬ ਨਹੀਂ ਚੇਂਜ ਕਰ ਪਾਉਂਦਾ ਜਾਂ ਬੰਦਾ ਜਦ ਤੱਕ ਆਪਣਾ ਮੋਟਾਪਾ ਠੀਕ ਨਹੀਂ ਕਰਦਾ ਤਦ ਤੱਕ ਉਹਦੀ ਸਲੀਪ ਐਪਨੀਆ ਠੀਕ ਨਹੀਂ ਹੁੰਦਾ। ਤੇ ਇਹਨਾਂ ਬਿਮਾਰੀਆਂ ਨੂੰ ਅਸੀਂ ਥੋੜਾ ਜਿਹਾ ਕਹਿੰਦੇ ਹਾਂ ਵੀ ਜੇ ਆਪਾਂ ਮੋਡੀਫਾਈ ਕਰਨਾ ਹੈਗਾ ਤੇ ਮੋਡੀਫਾਈਬਲ ਜਿਹੜੀ ਚੀਜ਼ਾਂ ਨੇ ਉਹ ਖੱਬੇ ਪਾਸੇ ਨੇ, ਜਿਹੜੀਆਂ ਨਹੀਂ ਹੈਗੀਆਂ ਉਹ ਸੱਜੇ ਪਾਸੇ ਨੇ। ਹੁਣ ਇਹ ਬਹੁਤ ਇੰਪੋਰਟੈਂਟ ਪਿਕਚਰ ਹੈ, ਇਹਦੇ ਵਿੱਚ ਕਾਰ ਦੱਸਿਆ ਗਿਆ ਵੀ ਜਿਹੜਾ ਰੀਸੈਂਟਲੀ ਅਮੈਰੀਕਾ ਆਪਣੀ ਨਾ ਗਾਈਡਲਾਈਨਸ ਰਿਲੀਜ਼ ਕਰਦਾ ਹੈਗਾ ਤੇ ਨਵੰਬਰ 2017 ਦੇ ਵਿਚਕਾਰ ਆਪਣੀਆਂ ਗਾਈਡਲਾਈਨਸ ਚੇਂਜ ਹੋਈਆਂ ਨੇ। ਪਹਿਲਾਂ ਆਪਾਂ ਨੂੰ ਕਹਿੰਦੇ ਸੀ ਵੀ 140 ਤੇ 90, ਉਤਲਾ ਬੀਪੀ ਜੇ 140 ਹੋਵੇ, ਥੜਾ 90 ਹੋਵੇ ਤਾਂ ਉਹ ਠੀਕ ਹੈ, ਉਹ ਤੋਂ ਉੱਤੇ ਬਲੱਡ ਪ੍ਰੈਸ਼ਰ ਦੀ ਪ੍ਰੋਬਲਮ ਹੈ। ਹੁਣ ਜਦੋਂ ਜਦੋਂ ਆਪਾਂ ਇਨਸਾਨ ਜ਼ਿਆਦਾ ਸਿੱਖਦਾ ਗਿਆ ਤੇ ਉਹਨੂੰ ਸਮਝ ਲੱਗੀ ਵੀ 140-90 ਵੀ ਜ਼ਿਆਦਾ ਹੈ, 120-80 ਨੂੰ ਹੁਣ ਸਹੀ ਬਲੱਡ ਪ੍ਰੈਸ਼ਰ ਮੰਨਿਆ ਜਾਂਦਾ ਹੈ। 120 ਤੋਂ ਲੈ ਕੇ 129 ਹੋ ਜਾਏਗੀ, ਯਾਨੀ ਕਿ 130 ਤੋਂ ਥੱਲੇ ਰਹੇ ਤੇ ਇਧਰੋਂ 80 ਤੋਂ ਥੱਲੇ ਰਹੇ ਤਾਂ ਆਪਾਂ ਕਹਿ ਦਿੰਦੇ ਹਾਂ ਤਾਂ ਬੀਪੀ ਵਧਿਆ ਹੋਇਆ, ਬਟ ਇਹਨੂੰ ਦਵਾਈ ਦੇਣ ਦੀ ਲੋੜ ਨਹੀਂ। ਫਿਰ ਜੇ 130 ਤੋਂ ਉੱਤੇ ਹੋ ਜਾਏ ਜਾਂ 80 ਤੋਂ ਉੱਤੇ ਹੋ ਜਾਏ ਬੀਪੀ, ਤੇ ਆਪਾਂ ਕਹਿਣਾ ਸ਼ੁਰੂ ਕਰ ਦਿੰਦਾ ਵੀ ਇਸ ਬੰਦੇ ਦਾ ਬੀਪੀ ਵੱਧ ਗਿਆ ਤੇ ਜੇ ਆਪਾਂ ਨੂੰ ਲੱਗੇ ਤਾਂ ਇਹਦਾ ਇਲਾਜ ਕਰਨਾ ਚਾਹੀਦਾ। ਕਦੋਂ ਇਲਾਜ ਕਰਨਾ ਚਾਹੀਦਾ ਮੈਂ ਦੱਸੂਗਾ, ਬਟ ਜੇ ਕਿਸੇ ਦਾ ਬੀਪੀ 140 ਤੇ 90 ਤੋਂ ਉੱਤੇ ਹੈ ਪੁਰਾਣੀ ਗਾਈਡਲਾਈਨ ਦੇ ਮੁਤਾਬਿਕ, ਉਹਦਾ ਤਾਂ ਇਲਾਜ ਕਰਨਾ ਬਣਦਾ ਹੀ ਹੈ। ਇਹ ਇਲਾਜ ਜਿਹੜਾ ਹੈਗਾ ਦਵਾਈਆਂ ਦਾ ਤਾਂ ਇਲਾਜ ਆਪਾਂ ਲਾਸਟ ਦੋ ਕੈਟਾਗਰੀ ਚ ਕਿਹਾ, ਬਟ ਇਹਦੇ ਨਾਲ ਜਿਹੜੀਆਂ ਹੋਰ ਚੀਜ਼ਾਂ ਸਾਨੂੰ ਧਿਆਨ ਦੇਣੀਆਂ ਚਾਹੀਦੀਆਂ ਨੇ ਉਹ ਆਪਾਂ ਗੱਲ ਕਰਾਂਗੇ ਤੋਂ ਬਾਅਦ, ਕਿਉਂਕਿ ਸਾਡੇ ਅੱਜ ਮੇਨ ਟੌਪਿਕ ਉਹੀ ਹੈ ਵੀ ਆਪਾਂ ਕਿੱਦਾਂ ਇਹਤਿਆਤ ਵਰਤ ਸਕਦੇ ਹਾਂ ਵੀ ਸਾਡਾ ਬੀਪੀ ਨਾ ਵਧੇ। ਜਿਹੜਾ ਵੀ ਇਨਸਾਨ ਦਾ ਬੀਪੀ ਵਧਿਆ ਹੁੰਦਾ ਉਹਨੂੰ ਘੱਟੋ ਘੱਟ ਦੋ ਰੀਡਿੰਗਸ ਲੈਣੀਆਂ ਚਾਹੀਦੀਆਂ ਹੈਗੀਆਂ, ਤੇ ਉਹ ਦੋ ਰੀਡਿੰਗਸ ਦੋ ਓਕੇਜ਼ਨਸ ਤੇ ਡਿਫਰੈਂਟ। ਜੇ ਉਹਦਾ ਬੀਪੀ ਫਿਰ ਹੀ ਵਧਿਆ ਮਿਲੇ ਤਾਂ ਆਪਾਂ ਨੂੰ ਬੀਪੀ ਦਾ ਇਲਾਜ ਉਹਦੇ ਅਕੋਰਡਿੰਗਲੀ ਸਟਾਰਟ ਕਰਨਾ ਚਾਹੀਦਾ। ਇਹ ਪਿਕਚਰ ਦਿਖਾਉਂਦੀ ਹੈ ਵੀ ਜਿਹੜੇ ਆਪਾਂ ਬੀਪੀ ਮਾਪਦੇ ਹੈਗੇ ਹਾਂ, ਇਹ ਬੀਪੀ ਕਈ ਤਰ੍ਹਾਂ ਦਾ ਬੀਪੀ ਹੈ। ਇੱਕ ਤਾਂ ਆਪਾਂ ਡਾਕਟਰ ਕੋਲ ਜਾ ਕੇ ਮੁਕਵਾਇਆ, ਉਹ ਆ ਗਿਆ ਕਲੀਨਿਕ ਦਾ ਬੀਪੀ। ਇੱਕ ਆਪਾਂ ਘਰੇ ਮਾਪਿਆ, ਉਹਨੂੰ ਆਪਾਂ ਕਹਿ ਦਿੰਦੇ ਹਾਂ ਹੋਮ ਬਲੱਡ ਪ੍ਰੈਸ਼ਰ ਮੋਨੀਟਰਿੰਗ ਜਾਂ HBPM। ਜੇ ਆਪਾਂ ਦਿਨੇ ਬੀਪੀ ਮਾਪਿਆ ਜਾਂ ਰਾਤੀ ਬੀਪੀ ਮਾਪਿਆ, ਇਹ ਅਲੱਗ ਅਲੱਗ ਬੀਪੀ ਹੋਣਗੇ ਤੇ 24 ਘੰਟਿਆਂ ਦੀ ਐਵਰੇਜ। ਜੇ ਤੁਸੀਂ ਆਪਾਂ ਕੱਟ ਆਫ ਲਿੱਤੀ 120/80 ਜਾਂ 130/80, ਇਹਦੇ ਪੈਰਲਲ ਜੇ ਰਾਤ ਨੂੰ ਬੀਪੀ ਮਾਪਿਆ ਜਾਵੇ ਕਿਸੇ ਦਾ ਸੁੱਤੇ ਹੋਏ ਦਾ, ਤੇ ਉਹ ਜੇ ਦਿਨੇ 130/80 ਹੈ ਤੇ ਰਾਤ ਨੂੰ 110/65 ਹੋਏਗਾ, ਕਿਉਂਕਿ ਸੁੱਤੇ ਹੋਏ ਸਾਡਾ ਬੀਪੀ ਘੱਟਦਾ। ਜੇ ਆਪਾਂ ਇਹ ਤੋਂ ਜ਼ਿਆਦਾ ਰਾਤ ਨੂੰ ਮਾਪਦੇ ਪਏ ਹਾਂ ਤੇ ਇਹਦਾ ਮਤਲਬ ਉਹਨੂੰ ਹਾਈਪਰਟੈਂਸ਼ਨ ਹੈ। ਉਸ ਵੇਲੇ ਆਪਾਂ ਕੱਟ ਆਫ 130/80 ਨਹੀਂ ਲੈਣੀ, ਉਸ ਵੇਲੇ ਆਪਾਂ 110/65 ਲੈਣੀ ਹੈ। ਇੱਦਾਂ ਹੀ ਜਿਹੜਾ ਬੰਦਿਆਂ ਦਾ 24 ਘੰਟੇ ਦਾ ਬੀਪੀ ਮਾਪਿਆ ਜਾਂਦਾ ਇੱਕ ਮਸ਼ੀਨ ਲਾ ਕੇ, ਉਹਦੀ ਐਵਰੇਜ 125/75 ਤੋਂ ਜ਼ਿਆਦਾ ਹੈ ਤਾਂ ਉਹਦਾ ਬੇਸਿਕਲੀ ਬਲੱਡ ਪ੍ਰੈਸ਼ਰ ਵੱਧਦਾ ਪਿਆ ਤੇ ਉਹਨੂੰ ਦਵਾਈ ਦੀ ਲੋੜ ਹੈਗੀ ਹੈ। ਤੇ ਇਸ ਸਲਾਈਡ ਇਸ ਕਰਕੇ ਇੰਪੋਰਟੈਂਟ ਹੈ ਵੀ ਆਪਾਂ ਕਿਸ ਟਾਈਮ ਤੇ ਬੀਪੀ ਮਾਪਿਆ ਜਾਂ ਜ਼ਿਆਦਾ ਲੰਬਾ 24 ਘੰਟੇ ਬੀਪੀ ਮਾਪ ਕੇ ਉਹਦੀ ਐਵਰੇਜ ਲੱਭੀ ਤਾਂ ਉਹਦੀ ਰੀਡਿੰਗ ਦੇ ਮੁਤਾਬਿਕ ਆਪਾਂ ਹਾਈਪਰਟੈਂਸ਼ਨ ਜਾਂ
ਵਧੀਆ ਬੀਪੀ ਦੀ ਬਿਮਾਰੀ ਡਾਇਗਨੋਸ ਕਰ ਲੈਂਦੇ ਹੈਗੇ। ਇਹ ਸਲਾਈਡ ਥੋੜੀ ਜੀ ਮੈਡੀਕਲ ਟਰਮਸ ਜ਼ਿਆਦਾ ਨੇ, ਬਟ ਇਹ ਬੇਸਿਕਲੀ ਕਹਿਣਾ ਚਾਹੁੰਦੀ ਹੈ ਵੀ ਆਮ ਤੌਰ ਤੇ ਗੁਰਦੇ ਦੀ ਪ੍ਰੋਬਲਮ ਕਰਕੇ ਬੀਪੀ ਵੱਧਦਾ ਹੈ। ਇਹ ਉਹ ਬੀਪੀ ਨੇ ਜਿਹਨਾਂ ਦੇ ਪਿੱਛੇ ਬਿਮਾਰੀ ਹੈਗੀ ਹੈ, ਉਹ ਸਿਰਫ 10% ਲੋਕੀ ਨੇ ਜਿਹਨਾਂ ਦੀ ਬੀਪੀ ਵਧਣ ਦੇ ਪਿੱਛੇ ਬਿਮਾਰੀ ਹੈ। ਆਮ ਤੌਰ ਤੇ ਬੀਪੀ ਵਧਣ ਦੇ ਪਿੱਛੇ ਕੋਈ ਬਿਮਾਰੀ ਨਹੀਂ ਹੁੰਦੀ ਹੈਗੀ। ਤੇ ਜਿਹੜੇ ਅਨਕੋਮਨ ਕਾਜ਼ਸ ਵਗੈਰਾ ਲਿਖੇ ਹੋਏ ਨੇ ਵਿੱਚ, ਸਭ ਤੋਂ ਜਿਹੜਾ ਆਪਾਂ ਨੂੰ ਆਮ ਤੌਰ ਤੇ ਕਲੀਨਿਕਲੀ ਦੇਖਣ ਮਿਲਦਾ, ਬੰਦੇ ਦਾ ਥਾਇਰਾਇਡ ਚੈੱਕ ਕਰਨ ਵਾਲਾ ਜ਼ਰੂਰੀ ਹੁੰਦਾ। ਜੇ ਥਾਇਰਾਇਡ ਘਟਿਆ ਹੋਵੇ ਜਾਂ ਵਧਿਆ ਹੋਵੇ ਤਾਂ ਬੀਪੀ ਦੀ ਸ਼ਿਕਾਇਤ ਆਉਂਦੀ ਹੈਗੀ ਹੈ। ਹੁਣ ਜਿਹੜੇ ਆਪਾਂ ਕਹੀਏ ਵੀ ਜਿਹੜੀ ਬਿਮਾਰੀ ਕਰਕੇ ਬੀਪੀ ਵਧਿਆ ਹੈਗਾ, ਉਹ ਆਪਾਂ ਕਦੋਂ ਲੱਭਣ ਦੀ ਕੋਸ਼ਿਸ਼ ਕਰੀਦੀ ਹੈ, ਉਹ ਆਪਾਂ ਜਦੋਂ ਕਿਸੇ ਦਾ ਪਹਿਲੀ ਵਾਰੀ ਬੀਪੀ ਵਧਿਆ ਡਾਇਗਨੋਸ ਹੋਵੇ ਤਾਂ ਆਪਾਂ ਦੇਖੀਦਾ ਹੈਗਾ ਵੀ ਉਹਨੂੰ ਕਿਸੇ ਦਵਾਈ ਦੇ ਨਾਲ ਉਹਦਾ ਇਲਾਜ ਹੋ ਪਾ ਰਿਹਾ ਕਿ ਨਹੀਂ ਹੋ ਪਾ ਰਿਹਾ। ਜੇ ਦਵਾਈ ਦੇ ਨਾਲ ਉਹਦਾ ਇਲਾਜ ਨਹੀਂ ਹੋ ਪਾ ਰਿਹਾ ਤਾਂ ਉਹਨੂੰ ਚੈੱਕ ਕਰਨ ਦੀ ਲੋੜ ਹੈ ਵੀ ਉਹਨੂੰ ਕੋਈ ਬਿਮਾਰੀ ਤਾਂ ਨਹੀਂ ਹੈਗੀ ਜਿਹਦੇ ਕਰਕੇ ਬੀਪੀ ਜ਼ਿਆਦਾ। ਜੇ ਸਡਨਲੀ ਬੰਦੇ ਦਾ ਬੀਪੀ ਬਹੁਤ ਜ਼ਿਆਦਾ ਵੱਧ ਗਿਆ, ਹੈ ਨਾ, ਵੀ ਆਮ ਤੌਰ 'ਤੇ ਬੰਦਾ 130-80 ਰਹਿੰਦਾ ਸੀ ਅਤੇ ਕਿਸੇ ਦਾ ਸਡਨਲੀ 200 ਆ ਗਿਆ ਬੀਪੀ, ਹਾਂ, ਉਹ ਫਿਰ ਆਪਾਂ ਦੇਖਣਾ ਚਾਹੀਦਾ ਵੀ ਸਡਨਲੀ ਔਨਸੈਟ ਬੀਪੀ ਕਿਉਂ ਹੋਇਆ, ਕੀ ਬਿਮਾਰੀ ਹੈਗੀ ਹੈ। ਜੇ ਬੀਪੀ ਕਿਸੇ ਦਾ 30 ਸਾਲ ਤੋਂ ਘੱਟ ਵੱਧਦਾ ਹੋਵੇ ਜਾਂ ਪਹਿਲਾਂ ਕਿਸੇ ਦਾ ਬੀਪੀ ਕੰਟਰੋਲ ਹੋਵੇ ਸਡਨਲੀ ਵੱਧਣ ਲੱਗ ਜੇ, ਜਾਂ ਜਿੱਦਾਂ ਹੁਣ ਬੀਪੀ ਦੇ ਕਰਕੇ ਆਪਣੇ ਦਿਲ ਨੂੰ ਖਤੀ ਹੁੰਦੀ ਹੈ ਜਾਂ ਆਪਣੇ ਬ੍ਰੇਨ ਨੂੰ ਖਤੀ ਹੁੰਦੀ ਹੈ ਜਾਂ ਕਿਡਨੀ ਨੂੰ ਹੁੰਦੀ ਹੈ, ਜੇ ਇਹਨਾਂ ਆਰਗਨਸ ਦਾ ਕੋਈ ਡੈਮੇਜ ਸਾਨੂੰ ਦਿਖੇ ਤਾਂ ਆਪਾਂ ਨੂੰ ਚੈੱਕ ਕਰਨਾ ਚਾਹੀਦਾ। ਤੇ ਇਹਨਾਂ ਕੰਡੀਸ਼ਨ ਚ ਆਪਾਂ ਨੂੰ ਚੈੱਕ ਕਰਨਾ ਚਾਹੀਦਾ ਬਈ ਕੋਈ ਬਿਮਾਰੀ ਪਿੱਛੇ ਤਾਂ ਨਹੀਂ ਹੈਗੀ। ਜੇ ਇਹਨਾਂ ਕੰਡੀਸ਼ਨ ਚ ਬੰਦਾ ਕੋਈ ਨਹੀਂ ਆਉਂਦਾ ਹੈਗਾ ਤੇ ਫਿਰ ਆਪਾਂ ਨੂੰ ਚੈੱਕ ਕਰਨ ਦੀ ਲੋੜ ਨਹੀਂ ਪੈਂਦੀ। ਆਪਾਂ ਕਹਿ ਦਿੰਦੇ ਹਾਂ ਵੀ ਇਹ ਬੀਪੀ ਕੁਦਰਤੀ ਵੱਧਦਾ ਪਿਆ ਹੈਗਾ ਤੇ ਉਹ 90% ਯਾਨੀ ਕਿ ਪ੍ਰਾਇਮਰੀ ਹਾਈਪਰਟੈਂਸ਼ਨ ਦੇ ਵਿਚਕਾਰ ਆਉਂਦਾ ਹੈਗਾ ਤੇ ਉਹਦੇ ਪਿੱਛੇ ਕੋਈ ਅੱਗੇ ਸਕਰੀਨਿੰਗ ਕਰਨ ਦੀ ਲੋੜ ਨਹੀਂ ਪੈਂਦੀ ਤੇ ਆਪਾਂ ਉਹਦੇ ਇਲਾਜ ਵੱਲ ਤੁਰ ਪੈਂਦੇ ਹਾਂ। ਹੁਣ ਆਪਾਂ ਗੱਲ ਕਰਾਂਗੇ ਸਭ ਤੋਂ ਜ਼ਰੂਰੀ ਨੋਨ ਮੈਡੀਸਨਲ ਇੰਟਰਵੈਂਸ਼ਨ ਬਾਰੇ। ਜਿਹੜੀਆਂ ਨੋਨ ਮੈਡੀਸਨਲ ਇੰਟਰਵੈਂਸ਼ਨ ਨੇ ਉਹਨਾਂ ਦੀ ਲਿਸਟ ਇਹ ਹੈਗੀ ਹੈ ਛੋਟੀ ਜੀ, ਜਿਹੜੀ ਕਿ ਬਹੁਤ ਹੀ ਮਹੱਤਵਪੂਰਨ ਹੈ ਤੇ ਜਿਹਦਾ ਬੀਪੀ ਵੱਧਦਾ ਹੈ ਜਾਂ ਜਿਹੜਾ ਆਪਣੇ ਆਪ ਨੂੰ ਬੀਪੀ ਵੱਧ ਤੋਂ ਬਚਾਉਣਾ ਚਾਹੁੰਦਾ ਹੈ ਉਹਨੂੰ ਇਹ ਚੀਜ਼ਾਂ ਫੋਲੋ ਕਰਨੀਆਂ ਚਾਹੀਦੀਆਂ ਨੇ। ਸਭ ਤੋਂ ਪਹਿਲਾਂ ਸਭ ਤੋਂ ਜ਼ਰੂਰੀ ਹੈਗਾ ਵੇਟ ਲੋਸ। ਜੇ ਇਨਸਾਨ ਆਪਣਾ ਭਾਰ ਘਟਾਏਗਾ ਤਾਂ ਉਹਦਾ ਬੀਪੀ ਘਟਣਾ ਸ਼ੁਰੂ ਹੋ ਜਾਏਗਾ। ਜੇ ਆਪਾਂ ਹਾਰਟ ਹੈਲਦੀ ਡਾਇਟ ਖਾਵਾਂਗੇ, ਇਹਨੂੰ ਸਪੈਸ਼ਲੀ ਮੈਡੀਕਲ ਟਰਮਸ ਡੈਸ਼ ਡਾਇਟਸ ਕਹਿਣਾ ਸ਼ੁਰੂ ਕਰਤਾ, ਇਹ ਉਹ ਡਾਇਟਰੀ ਅਪਰੋਚਿਸ ਨੇ ਜਿਹੜੀਆਂ ਕਿ ਬੀਪੀ ਵਧਣ ਤੋਂ ਘਟਾਉਂਦੀਆਂ ਨੇ। ਤੇ ਇਹਦੇ ਵਿਚਕਾਰ ਜਿਹੜੀਆਂ ਇੰਪੋਰਟੈਂਟ ਚੀਜ਼ਾਂ ਨੇ, ਨਮਕ ਘਟਾਉਣਾ ਹੁੰਦਾ ਤੇ ਫਰੂਟਸ ਤੇ ਜ਼ੋਰ ਦੇਣਾ ਹੁੰਦਾ। ਫਰੂਟਸ ਜਿਹੜੇ ਨੇ ਉਹ ਪੋਟਾਸ਼ੀਅਮ ਦਿੰਦੇ ਨੇ, ਪੋਟਾਸ਼ੀਅਮ ਦੇ ਨਾਲ ਜਿਹੜੀ ਹੈਗੀ ਹੈ ਬੀਪੀ ਦਾ ਕੰਟਰੋਲ ਵਧੀਆ ਹੁੰਦਾ ਤੇ ਸੋਡੀਅਮ ਇਨਟੇਕ ਘਟਦੀ ਹੈ, ਯਾਨੀ ਕਿ ਜਿਹੜਾ ਬੀਪੀ ਵਧਾਉਣ ਵਾਲਾ ਪਦਾਰਥ ਹੈ ਉਹ ਘੱਟ ਜਾਂਦਾ, ਬਟ ਪੋਟਾਸ਼ੀਅਮ ਜਿਹੜਾ ਬੀਪੀ ਘਟਾਉਂਦਾ ਹੈ ਉਹ ਵੱਧ ਜਾਂਦਾ। ਇਹਦੇ ਨਾਲ ਨਟਸ ਤੇ ਡੇਰੀ ਪ੍ਰੋਡਕਟਸ ਜਿਹੜੇ ਨੇ, ਦੁੱਧ ਵਾਲੇ ਪ੍ਰੋਡਕਟਸ ਜਿਹੜੇ ਨੇ ਜਿਹੜੇ ਕਿ ਲੋ ਫੈਟ ਹੋਣ, ਉਹ ਖਾਣ ਦੇ ਨਾਲ ਇਹ ਤਿੰਨ ਚੀਜ਼ਾਂ, ਨਟਸ, ਡੇਰੀ ਪ੍ਰੋਡਕਟਸ ਤੇ ਫਰੂਟਸ ਐਂਡ ਵੈਜੀਟੇਬਲਸ ਆਫਕੋਰਸ, ਇਹ ਚੀਜ਼ਾਂ ਜਿਹੜੀਆਂ ਨੇ ਇਹ ਡੈਸ਼ ਡਾਇਟ ਦੇ ਅੰਦਰ ਮਹੱਤਵਪੂਰਨ ਮੰਨੀਆਂ ਗਈਆਂ ਨੇ। ਤੇ ਸਾਡੀ ਵੈਸਟਰਨ ਪਾਪੂਲੇਸ਼ਨ ਮੇਨਲੀ ਵੈਜੀਟੇਰੀਅਨ ਤੇ ਡੇਰੀ ਫੂਡ ਵੱਲ ਜਾ ਰਹੀ ਹੈ ਕਿਉਂਕਿ ਉਹਦੇ ਨਾਲ ਦੇਖਿਆ ਗਿਆ ਵੀ ਕਈ ਬਿਮਾਰੀਆਂ ਘੱਟ ਜਾਂਦੀਆਂ ਨੇ, ਬਟ ਉਹ ਅਲੱਗ ਟਾਪਿਕ ਆਫ ਡਿਸਕਸ਼ਨ ਹੈ। ਹਾਈਪਰਟੈਂਸ਼ਨ ਵਾਸਤੇ ਵੈਜੀਟੇਬਲਸ ਐਂਡ ਫਰੂਟਸ, ਨਟਸ ਤੇ ਡੇਰੀ ਪ੍ਰੋਡਕਟਸ ਜੇ ਆਪਾਂ ਖਾਂਦੇ ਹਾਂ ਉਹਨੂੰ ਡੈਸ਼ ਡਾਇਟ ਦੇ ਅੰਦਰ ਆ ਜਾਂਦਾ ਹੈਗਾ ਤੇ ਉਹਦੇ ਨਾਲ ਬੀਪੀ ਘਟਾਇਆ ਜਾ ਸਕਦਾ। ਸੋਡੀਅਮ ਇਨਟੇਕ ਰਿਡਕਸ਼ਨ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ, ਨਮਕ ਬਹੁਤ ਦਿੱਕਤ ਕਰਦਾ ਤੇ ਆਪਣੇ ਜਿਹੜੇ ਇੰਡੀਅਨਸ ਨੇ, ਆਪਣੇ ਇੰਡੀਅਨਸ 'ਚ ਕਾਫ਼ੀ ਦਿੱਕਤਾਂ ਰਹੀਆਂ। ਪਹਿਲਾਂ ਕੋਲਰਾ ਫੈਲਦਾ ਸੀ, ਲੋਕਾਂ ਨੂੰ ਬਹੁਤ ਜ਼ਿਆਦਾ ਲੂਜ਼ ਮੋਸ਼ਨਸ, ਟੱਟੀਆਂ ਅਤੇ ਉਲਟੀਆਂ ਲੱਗ ਜਾਂਦੀਆਂ ਸੀ ਤੇ ਲੋਕ ਜਿਹੜੇ ਬਚ ਗਏ ਉਸ ਵੇਲੇ ਉਹ ਲੋਕ ਬਚੇ ਜਿਹੜੇ ਕਿ ਨਮਕ ਆਪਣੀ ਕਿਡਨੀ 'ਚ ਬਚਾ ਜਾਂਦੇ ਸੀ, ਬਟ ਉਹ ਜਿਹੜੇ ਬਚ ਗਏ ਉਹਨਾਂ ਨੂੰ ਓਵਰ ਲੌਂਗ ਟਰਮ ਹੁਣ ਬੀਪੀ ਦਿੱਕਤ ਰਹਿਣ ਲੱਗ ਗਈ ਕਿਉਂਕਿ ਜੇ ਆਪਾਂ ਨਮਕ ਬਚਾਉਂਦੇ ਹਾਂ ਆਪਣੀ ਕਿਡਨੀ ਅੰਦਰ ਉਸ ਵੇਲੇ ਤਾਂ ਬਚੇ, ਬਟ ਜਦੋਂ ਲੰਬੀ ਉਮਰ ਦੇ ਅੰਦਰ ਫਿਰ ਸਾਨੂੰ ਬੀਪੀ ਦਿੱਕਤ ਆਉਣ ਲੱਗ ਗਈ। ਤੇ ਇਸ ਕਰਕੇ ਸਾਡਾ ਸਭ ਤੋਂ ਸੌਖਾ ਤਰੀਕਾ ਹੈ ਵੀ ਸਾਡਾ ਦਿਨ ਦਾ ਨਮਕ 3-6 ਗ੍ਰਾਮ ਦੇ ਅੰਦਰ ਹੋਣਾ ਚਾਹੀਦਾ ਹੈ ਤੇ ਜੇ ਆਪਾਂ ਉਹਨੂੰ ਨਮਕ ਨੂੰ ਘਟਾਉਂਦੇ ਹਾਂ ਤਾਂ ਸਾਡਾ ਬੀਪੀ ਘਟਦਾ ਹੈ। ਪੋਟਾਸ਼ੀਅਮ ਸਪਲੀਮੈਂਟੇਸ਼ਨ ਜਿੱਦਾਂ ਆਪਾਂ ਡੈਸ਼ ਡਾਇਟ 'ਚ ਗੱਲ ਕੀਤੀ, ਜੇ ਆਪਾਂ ਫਰੂਟਸ ਵਧਾਉਂਦੇ ਹਾਂ, ਜੇ ਪੋਟਾਸ਼ੀਅਮ ਦੀ ਇਨਟੇਕ ਵਧਾਉਂਦੇ ਹੈਗੇ ਇਨ ਡਾਇਟ, ਅਲੱਗ ਤੋਂ ਪੋਟਾਸ਼ੀਅਮ ਲੈਣ ਦੀ ਲੋੜ ਨਹੀਂ, ਉਹਦੇ ਨਾਲ ਸਾਡਾ ਬੀਪੀ ਘਟੇਗਾ। ਫਿਰ ਆਪਾਂ ਜੇ ਫਿਜ਼ੀਕਲ ਐਕਟੀਵਿਟੀ ਕਰੀਏ, ਜੇ ਇੱਕ ਸਟਰਕਚਰਡ ਐਕਸਰਸਾਈਜ਼ ਪ੍ਰੋਗਰਾਮ ਬਣਾਈਏ ਜਿਹੜਾ ਕਿ ਸਾਡਾ ਬੀਪੀ ਕੰਟਰੋਲ ਕਰ ਸਕੇ, ਕਿਉਂਕਿ ਜੇ ਬੰਦੇ ਦਾ ਬੀਪੀ ਵਧਿਆ ਹੋਵੇ ਤਾਂ ਸਡਨਲੀ ਭੱਜਣਾ ਸ਼ੁਰੂ ਕਰਦੇ ਬਹੁਤ ਜ਼ਿਆਦਾ ਤਾਂ ਉਹਨੂੰ ਦਿੱਕਤ ਹੋ ਸਕਦੀ ਹੈ। ਇਸੇ ਕਰਕੇ ਹੌਲੀ ਹੌਲੀ ਆਪਣਾ ਐਕਸਰਸਾਈਜ਼ ਪ੍ਰੋਗਰਾਮ ਜੇ ਆਪਾਂ ਵਧੀਆ ਬਣਾਈਏ ਤਾਂ ਸਾਡਾ ਬੀਪੀ ਘੱਟ ਸਕਦਾ ਹੈ। ਜਿਹੜੇ ਲੋਕ ਅਲਕੋਹਲ ਪੀਂਦੇ ਨੇ ਉਹਨਾਂ ਨੂੰ ਥੋੜ੍ਹਾ ਜਿਹਾ ਧਿਆਨ ਰੱਖਣਾ ਚਾਹੀਦਾ ਵੀ ਅਲਕੋਹਲ ਦੀ ਮਾਤਰਾ, ਜਿਹੜੀ ਅਲਕੋਹਲ ਆਪਾਂ ਪੀਂਦੇ ਹਾਂ ਉਦੋਂ ਸਾਡਾ ਬੀਪੀ ਸਡਨਲੀ ਘੱਟਦਾ, ਬਟ ਇੱਕ ਰਿਬਾਊਂਡ ਹਾਈਪਰਟੈਂਸ਼ਨ ਹੁੰਦੀ ਹੈ, ਮਤਲਬ ਘਟਣ ਤੋਂ ਬਾਅਦ ਸਡਨਲੀ ਵਧਣਾ ਸ਼ੁਰੂ ਹੋ ਜਾਂਦਾ। ਤੇ ਆਮ ਤੌਰ ਤੇ ਜਿਹੜੇ ਬੰਦਿਆਂ ਦਾ ਬੀਪੀ ਵਧਿਆ ਹੁੰਦਾ ਉਹਨਾਂ 'ਚ ਅਲਕੋਹਲ ਕੰਜ਼ਮਪਸ਼ਨ ਦੇਖੀ ਗਈ ਹੈ ਤੇ ਅਲਕੋਹਲ ਨੂੰ ਘਟਾਉਣਾ ਬਹੁਤ ਜ਼ਰੂਰੀ ਹੈ। ਤੇ ਇਹਦੇ ਵਾਸਤੇ ਗਾਈਡਲਾਈਨਸ ਹੈਗੀਆਂ, ਆਮ ਤੌਰ ਤੇ ਆਪਾਂ 3 ਚੀਜ਼ਾਂ ਮੰਨੀਦੀਆਂ, ਬੀਅਰ, ਵਾਈਨ ਤੇ ਵਿਸਕੀ। ਵਿਸਕੀ ਜਿਹੜਾ ਡਿਸਟਿਲਡ ਹੈਗਾ ਆਪਾਂ ਉਹਨੂੰ 40 ml ਤੋਂ ਜ਼ਿਆਦਾ ਇੱਕ ਦਿਨ 'ਚ ਨਹੀਂ ਪੀਣੀ ਚਾਹੀਦੀ,
ਇੱਕ ਸਟੈਂਡਰਡ ਡਰਿੰਕ ਤੇ ਵਿਮਨ ਵਾਸਤੇ ਇੱਕ ਸਟੈਂਡਰਡ ਡਰਿੰਕ ਤੇ ਮੈਨ ਵਾਸਤੇ ਟੂ ਸਟੈਂਡਰਡ ਡਰਿੰਕਸ ਇੰਡੀਕੇਟਡ ਨੇ ਜੇ ਆਪਾਂ ਉਹ ਤੋਂ ਜ਼ਿਆਦਾ ਪੀਂਦੇ ਹਾਂ ਸਾਡਾ ਬੀਪੀ ਵਧਣ ਦਾ ਖਤਰਾ ਵਧੀ ਜਾਂਦਾ ਹੈਗਾ ਹੁਣ ਇਹ 'ਚ ਅਸੀਂ ਦੱਸਣਾ ਚਾਹੁੰਦੇ ਹਾਂ ਵੀ ਜੇ ਆਪਾਂ ਵੇਟ ਲੋਸ ਕਰੀਏ ਤਾਂ ਉਹਦਾ ਫਾਇਦਾ ਕੀ ਹੈ ਵੇਟ ਲੋਸ ਜਦੋਂ ਆਪਾਂ ਕਰਦੇ ਹਾਂ ਤਾਂ ਹਾਈਪਰ ਟੈਂਸ਼ਨ ਸਾਡੀ 5 mm ਮਰਕਰੀ ਘਟਣੀ ਸ਼ੁਰੂ ਹੋ ਜਾਂਦੀ ਹੈ ਯਾਨੀ ਕਿ ਆਪਾਂ ਜੇ ਸਿਸਟੋਲਿਕ ਆਪਾਂ ਉਤਲਾ ਬੀਪੀ ਜਦੋਂ ਕਹਿੰਦੇ ਹਾਂ ਵੀ 140 ਹੈ ਜੀ ਸਾਡਾ ਜਾਂ 150 ਹੈਗਾ ਦੇ ਆਪਾਂ ਭਾਰ ਘਟਾਉਂਦੇ ਹਾਂ ਤੇ ਹਰ ਭਾਰ ਘਟਾਉਣ ਨਾਲ ਸਾਡਾ ਘੱਟੋ ਘੱਟ 5 mm ਬੀਪੀ ਘਟਣਾ ਸ਼ੁਰੂ ਹੋ ਜਾਂਦਾ ਹੈ ਤੇ ਇਹਦੇ ਨਾਲ ਸਾਨੂੰ ਬਹੁਤ ਫਾਇਦਾ ਹੁੰਦਾ ਹੈ ਸਾਡੀ ਦਵਾਈਆਂ ਦੇ ਟਾਰਗੇਟਸ ਘੱਟ ਜਾਂਦੇ ਨੇ ਸਾਡਾ ਜਿਹੜਾ ਆਰਗਨਸ ਡੈਮੇਜ ਹੋਣ ਵਾਲੇ ਸੀ ਉਹ ਵੀ ਘੱਟ ਜਾਂਦੇ ਨੇ ਇੱਦਾਂ ਹੀ ਜੇ ਆਪਾਂ ਹੈਲਦੀ ਡਾਈਟ ਖਾਈਏ ਉਹਦਾ ਸਭ ਤੋਂ ਵਧੀਆ ਇਫੈਕਟ ਹੈ ਜੇ ਸਾਡੀ ਡਾਈਟਸ ਫਰੂਟਸ ਵੈਜੀਟੇਬਲਸ ਹੋਲ ਗ੍ਰੇਨਸ ਲੋ ਡੇਰੀ ਪ੍ਰੋਡਕਟਸ ਜ਼ਿਆਦਾ ਹੋਣਗੀਆਂ ਤੇ ਉਹਦਾ ਕਰਕੇ 11 mm ਤੱਕ ਬੀਪੀ ਘੱਟਦਾ ਹੈ ਜੇ ਆਪਾਂ ਸੋਡੀਅਮ ਇਨਟੇਕ ਘਟਾਈਏ ਯਾਨੀ ਕਿ ਨਮਕ ਦੀ ਮਾਤਰਾ ਘਟਾਈਏ ਤੇ ਨਮਕ ਦੀ ਮਾਤਰਾ ਜਿਹੜੀ ਹੈਗੀ ਘਟਾਉਣ ਦੇ ਨਾਲ 5 to 6 mm ਮਰਕਰੀ ਜਿਹੜਾ ਹੈਗਾ ਬੀਪੀ ਆਪਣਾ ਘੱਟ ਸਕਦਾ ਹੈ ਜੇ ਆਪਾਂ ਪੋਟਾਸ਼ੀਅਮ ਡਾਈਟਸ ਵਧਾਈਏ ਇਦਾਂ ਹੀ 4 to 5 ਆਪਣਾ ਉਤਲਾ ਬੀਪੀ ਘੱਟ ਸਕਦਾ ਹੈ ਫਿਰ ਇੱਦਾਂ ਹੀ ਐਕਸਰਸਾਈਜ਼ ਨੇ ਐਕਸਰਸਾਈਜ਼ ਦੇ ਨਾਲ ਜੇ ਆਪਾਂ ਐਰੋਬਿਕ ਐਕਸਰਸਾਈਜ਼ ਕਰੀਏ ਸਭ ਤੋਂ ਵਧੀਆ ਨੇ ਜਿਹਦੇ ਨਾਲ ਸਾਡਾ 5 to 8 ਪ੍ਰੈਸ਼ਰ ਉਤਲਾ ਘੱਟ ਸਕਦਾ ਹੈ ਤੇ ਬਾਕੀ ਦੋਨੋਂ ਐਕਸਰਸਾਈਜ਼ ਵੀ ਚੰਗੀਆਂ ਨੇ ਜਿਹੜੀ ਵੀ ਆਪਾਂ ਨੂੰ ਮੌਕਾ ਮਿਲੇ ਆਪਾਂ ਨੂੰ ਕਰਨੀ ਚਾਹੀਦੀ ਹੈ ਤੇ ਅਲਕੋਹਲ ਕੰਜ਼ਪਸ਼ਨ ਜੇ ਆਪਾਂ ਘਟਾ ਦਈਏ ਤੇ ਆਪਣਾ 4 mm ਬੀਪੀ ਉਹਦੇ ਨਾਲ ਗਿਰ ਜਾਂਦਾ ਹੈ ਆਮ ਤੌਰ ਤੇ ਜਿਹੜਾ ਬੰਦਾ ਬੀਪੀ ਪਹਿਲੀ ਵਾਰੀ ਡਾਇਗਨੋਸ ਹੋਇਆ ਉਹਨੂੰ ਇਹ 5 tests ਕਰਾਉਣੇ ਚਾਹੀਦੇ ਨੇ ਤਾਂ ਕਿ ਉਹਦਾ ਇਲਾਜ ਸਹੀ ਤਰੀਕੇ ਨਾਲ ਚੱਲ ਸਕੇ HbA1c ਆਪਾਂ ਸ਼ੂਗਰ ਚੈੱਕ ਕਰਨ ਨੂੰ ਕਰੀਦਾ ਲਿਪਿਡ ਪ੍ਰੋਫਾਈਲ ਜਿਹੜੀ ਹੈਗੀ ਹੈ ਕੋਲੈਸਟ੍ਰੋਲ ਵਾਸਤੇ ਹੈਗੀ ਹੈ ਤੇ ਸੀਰਮ ਕ੍ਰੀਏਟਿਨ ਆਪਾਂ ਕਿਡਨੀ ਚੈੱਕ ਕਰੀਦੀ ਕਿਡਨੀ ਸਹੀ ਕੰਮ ਕਰਦੀ ਪਈ ਕਿ ਨਹੀਂ ਕੰਮ ਕਰਦੀ ਪਈ ਯੂਰਿਨ ਐਨਾਲਿਸਿਸ ਆਪਾਂ ਚੈੱਕ ਕਰੀਦਾ ਫੋਰ ਪ੍ਰੋਟੀਨਸ ਵੀ ਆਪਣਾ ਕਿਡਨੀ ਦੇ ਵਿਚਕਾਰ ਆਲਰੇਡੀ ਮਤਲਬ ਕਿ ਡੈਮੇਜ ਨਾ ਹੋ ਚੁੱਕਾ ਹੋਵੇ ਤੇ ਇਲੈਕਟ੍ਰੋਲਾਈਟਸ ਆਪਾਂ ਪੋਟਾਸ਼ੀਅਮ ਚੈੱਕ ਕਰੀਦਾ ਬੰਦੇ ਦਾ ਪੋਟਾਸ਼ੀਅਮ ਲੈਵਲ ਨਾ ਘਟਿਆ ਹੋਵੇ ਤਾਂ ਕਿ ਪੋਟਾਸ਼ੀਅਮ ਦੇ ਕੇ ਆਪਾਂ ਬੀਪੀ ਘਟਾ ਸਕੀਏ ਤੇ ਇਹ ਅੱਜ ਕੱਲ੍ਹ ਗਾਈਡਲਾਈਨਸ ਨਹੀਂ ਵੀ ਜੇ ਬੰਦੇ ਦਾ ਬੀਪੀ 120 to 80 ਦਾ ਘੱਟ ਹੈ ਤੇ ਉਹਨੂੰ ਕਹੋ ਵੀ ਤੁਸੀਂ ਆਪਣੀ ਲਾਈਫ ਸਟਾਈਲ ਹੈਬਿਟਸ ਵਧਾਓ ਤੇ ਹਰ ਸਾਲ ਬੰਦੇ ਨੂੰ ਆਪਣਾ ਬੀਪੀ ਇੱਕ ਵਾਰੀ ਚੈੱਕ ਕਰਾਉਣਾ ਚਾਹੀਦਾ ਜਿਹਦਾ ਬੀਪੀ ਨਾਰਮਲ ਰਹਿੰਦਾ ਹੈ ਤੇ ਜਿਹਦਾ ਬੀਪੀ ਥੋੜਾ ਜਿਹਾ ਐਲੀਵੇਟਿਡ ਹੈ 120 to 129 ਦੇ ਵਿਚਕਾਰ ਹੈ ਤੇ 80 ਤੋਂ ਘੱਟ ਹੈ ਉਹਨੂੰ ਆਪਾਂ ਕੋਈ ਦਵਾਈ ਨਹੀਂ ਦਿੰਦੇ ਉਹਨੂੰ ਆਪਾਂ ਕਹਿੰਦੇ ਹਾਂ ਵੀ 3 to 6 months ਦੇ ਅੰਦਰ ਆਪਾਂ ਰੀਅਸੈਸ ਕਰਾਂਗੇ ਦੁਬਾਰਾ ਦੀ ਚੈੱਕ ਕਰਾਂਗੇ ਜਿਨ੍ਹਾਂ ਦੀ ਸਟੇਜ 1 ਹਾਈਪਰਟੈਂਸ਼ਨ ਹੈ ਉਹਨਾਂ ਨੂੰ ਆਪਾਂ ਜੇ ਤਾਂ ਉਹਨਾਂ ਦਾ ਰਿਸਕ ਫੈਕਟਰ ਹੈਗਾ ਹਾਰਟ ਡਿਜ਼ੀਜ਼ ਦਾ ਜਿਹਦਾ ਫੈਮਿਲੀ ਹਿਸਟਰੀ ਹੈਗੀ ਹੈ ਤੇ ਆਪਣੇ ਕੋਲ ਰਿਸਕ ਫੈਕਟਰ ਕੈਲਕੂਲੇਟ ਕਰਨ ਦਾ ਇੱਕ ਮੈਥਡ ਹੈਗਾ ਉਹਦੇ ਵਿਚਕਾਰ ਜੇ ਆਪਾਂ ਲੱਗੇ ਵੀ ਅਗਲੇ 10 ਸਾਲਾਂ 'ਚ 10% ਰਿਸਕ ਫੈਕਟਰ ਹਾਰਟ ਵੱਧਦਾ ਹੈ ਤਾਂ ਆਪਾਂ ਦਵਾਈ ਸ਼ੁਰੂ ਕਰਦੇ ਹਾਂ ਜੇ ਨਹੀਂ ਵੱਧਦਾ ਤਾਂ ਆਪਾਂ ਉਹਨੂੰ ਜਿਹੜੀਆਂ ਪਹਿਲਾਂ ਆਪਾਂ ਇਤਿਹਾਸ ਵਰਤਣ ਨੂੰ ਕਿਹਾ ਭਾਰ ਘਟਾਉਣ ਨੂੰ ਉਹ ਕਹਿ ਕੇ ਆਪਾਂ ਹਾਈਪਰਟੈਂਸ਼ਨ ਦੀ ਬਿਮਾਰੀ ਘਟਾਉਣ ਦੀ ਕੋਸ਼ਿਸ਼ ਕਰਦੇ ਹਾਂ ਤੇ ਆਪਾਂ ਅਸੈਸ ਕਰਦੇ ਹਾਂ ਫਿਰ 3 to 6 months ਤੇ ਜੇ ਬੰਦਾ ਠੀਕ ਰਹਿੰਦਾ ਹੋਵੇ ਤਾਂ ਉਹਦੇ ਅਕੋਰਡਿੰਗ ਵੀ ਅੱਗੇ ਚਲੀ ਜਾਂਦੇ ਜਿਹਦੀ ਬੀਪੀ 140 to 90 ਤੋਂ ਵਧਿਆ ਹੋਵੇ ਉਹਨੂੰ ਆਪਾਂ ਮੈਡੀਕੇਸ਼ਨ ਦੇਣੀਆਂ ਹੈਗੀਆਂ ਤੇ ਮੈਡੀਕੇਸ਼ਨ ਦੇਣ ਤੋਂ 1 ਮਹੀਨੇ ਬਾਅਦ ਚੈੱਕ ਕਰੀਦਾ ਵੀ ਬੀਪੀ ਦਾ ਕੰਟਰੋਲ ਠੀਕ ਹੋ ਗਿਆ ਜੇ ਬੀਪੀ ਦਾ ਕੰਟਰੋਲ ਠੀਕ ਹੋ ਗਿਆ ਤੇ ਉਹ ਤੋਂ 3 to 6 ਮਹੀਨੇ ਬਾਅਦ ਆਪਾਂ ਉਹਨੂੰ ਫਾਲੋਅਪ ਕਰੀਦਾ ਹੈਗਾ ਸਾਡੀ ਆਪਣੀ ਇੱਕ ਪਬਲੀਕੇਸ਼ਨ ਆਈ ਸੀ ਅਸੀਂ ਉਹ 'ਚ ਕੋਥਰ ਸੀ ਜਿਹਦੇ ਵਿਚਕਾਰ ਅਸੀਂ ਕਾਫੀ ਲਾਰਜ ਪਾਪੂਲੇਸ਼ਨ 17,000 ਦੇ ਕਰੀਬ ਲੋਕਾਂ ਦਾ ਬੀਪੀ ਚੈੱਕ ਕੀਤਾ ਸੀ ਸਾਊਥ ਇੰਡੀਆ 'ਚ ਅਪੋਲੋ ਹਾਸਪਿਟਲ ਦੇ ਨਾਲ ਉੱਥੇ ਅਸੀਂ ਇਹ ਦੇਖਿਆ ਵੀ ਸਾਡੇ ਦੇਸ਼ 'ਚ ਸਭ ਤੋਂ ਇੰਪੋਰਟੈਂਟ ਜਿਹੜੀ ਦਿੱਕਤ ਆ ਰਹੀ ਸੀ ਉਹ ਹੈਗੀ ਸੀ ਵੀ ਸਾਡੇ ਜਿਹੜੇ ਪੁਰਸ਼ ਨੇ ਪੁਰਸ਼ਾਂ 'ਚ ਬੀਪੀ ਜਿਹੜਾ ਹੈ ਉਹ ਲਗਾਤਾਰ 41 ਸਾਲ ਤੋਂ ਬਾਅਦ ਜਿਹੜਾ ਥੜਾ ਬੀਪੀ ਹੈ ਉਹ ਘਟਣਾ ਸ਼ੁਰੂ ਹੋ ਜਾਂਦਾ ਹੈ ਇਹ ਕਾਫੀ ਨੁਕਸਾਨਦੇਹ ਗੱਲ ਹੈ ਜੇ ਆਪਾਂ ਵੈਸਟਰਨ ਪਾਪੂਲੇਸ਼ਨ UK USA ਯੂਰਪ ਵੱਲ ਦੇਖੀਏ ਤਾਂ ਉਹਨਾਂ ਦਾ 65 ਸਾਲ ਤੋਂ ਬਾਅਦ ਘਟਣਾ ਸ਼ੁਰੂ ਹੋ ਜਾਂਦਾ ਸਾਡਾ ਪਹਿਲਾਂ ਹੀ ਘਟਣਾ ਸ਼ੁਰੂ ਹੋ ਗਿਆ ਇਹ ਘਟਣਾ ਚੰਗੀ ਚੀਜ਼ ਨਹੀਂ ਹੈਗੀ ਕਿਉਂਕਿ ਜਿਹੜਾ ਡਾਇਸਟੋਲਿਕ ਬੀਪੀ ਜੇ ਘਟਦਾ ਹੋਵੇ ਉਹਦਾ ਮਤਲਬ ਹੈ ਵੀ ਸਾਡੀਆਂ ਨਾੜੀਆਂ ਸਖਤ ਹੋ ਗਈਆਂ ਨੇ ਤੇ ਇਸੇ ਕਰਕੇ ਜੇ ਆਪਾਂ ਦੇਖਿਆ ਜਾਵੇ ਤਾਂ ਸਾਡਾ ਇਸ ਵੇਲੇ ਲੋਕਾਂ ਦਾ ਬੀਪੀ ਵਧਣ ਦੇ ਚਾਂਸਿਸ ਵੱਧ ਜਾਂਦੇ ਨੇ ਤੇ ਜਿਹੜੇ ਸਾਡੀ ਨਾੜੀਆਂ ਸਖਤ ਹੋਣ ਕਰਕੇ ਜਿਹੜੀਆਂ ਦਿੱਕਤਾਂ ਆ ਰਹੀਆਂ ਨੇ ਸਾਡੇ ਹਾਰਟ ਅਟੈਕ ਸਾਡੇ ਸਟ੍ਰੋਕ ਸਾਰੇ ਵੈਸਟਰਨ ਪਾਪੂਲੇਸ਼ਨ ਉਹ 10 ਸਾਲ ਪਹਿਲਾਂ ਨੇ ਯਾਨੀ ਕਿ ਸਾਡੀ ਜਿਹੜੀਆਂ ਬਿਮਾਰੀਆਂ ਸਾਨੂੰ ਘਾਤਕ ਹੁੰਦੀਆਂ ਨੇ ਉਹ ਬਾਕੀ ਪਾਪੂਲੇਸ਼ਨ ਨਾਲੋਂ 10 ਸਾਲ ਪਹਿਲਾਂ ਹੋਣੀ ਸ਼ੁਰੂ ਹੋ ਜਾਂਦੀ ਨੇ ਤੇ ਇਹਦੇ ਨਾਲ ਸਾਨੂੰ ਪਤਾ ਲੱਗਦਾ ਵੀ ਜਾਂ ਤਾਂ ਸਾਡੀ ਡਾਈਟ 'ਚ ਕੋਈ ਦਿੱਕਤ ਹੈਗੀ ਹੈ ਤੇ ਜਾਂ ਫਿਰ ਸਾਡੇ ਜੀਨਸ ਕੋਈ ਦਿੱਕਤ ਹੈਗੀ ਹੈ ਵੀ ਸਾਨੂੰ ਪਹਿਲਾਂ ਤੋਂ ਬੀਪੀ ਦੀ ਦਿੱਕਤ ਆਉਣੀ ਸ਼ੁਰੂ ਹੋ ਗਈ ਤੇ ਮੈਂ ਇੰਨਾ ਹੀ ਕਹਿਣਾ ਚਾਹੁੰਦਾ ਸੀ ਇਸ ਤੋਂ ਬਾਅਦ ਮੈਂ ਤੁਹਾਡੇ ਪਲੀਜ਼ ਕੁਐਸਚਨਸ ਲਊਂਗਾ ਹੁਣ